ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਕੈਨੇਡਾ ਤੋਂ ਜੋ ਕੁਝ ਖਬਰਾਂ ਆ ਰਹੀਆਂ ਨੇ, ਬਹੁਤ ਸਾਰੇ ਇਸ਼ੂਜ਼ ਨੇ, ਉਹਨਾਂ ਸਾਰੇ ਇਸ਼ੂਜ਼ 'ਤੇ ਪੂਰੀ ਕਲੈਰਿਟੀ, ਇੱਕ ਤਰੀਕੇ ਨਾਲ ਜਿਹੜੇ ਡਾਊਟਸ ਨੇ ਉਹਨਾਂ ਡਾਊਟਸ ਨੂੰ ਅੱਜ ਕਲੀਅਰ ਕਰਨਗੇ ਜਸਮੀਤ ਸਿੰਘ ਭਾਟੀਆ ਜੀ ਸਾਡੇ ਇਸ ਸ਼ੋਅ ਦੇ ਵਿੱਚ, ਤਾਂ ਕਿ ਉਹ ਸਟੂਡੈਂਟਸ ਜਿਹੜੇ ਜਾਂ ਤਾਂ ਕੈਨੇਡਾ ਨੇ ਜਾਂ ਜਿਨ੍ਹਾਂ ਨੇ ਕੈਨੇਡਾ ਫਾਈਲ ਲਾਈਆਂ, ਕੈਨੇਡਾ ਜਾਣਾ ਹੈ, ਉਹ ਸਾਰੇ ਆਪਣੇ ਡਾਊਟਸ ਕਲੀਅਰ ਕਰ ਸਕਣ। ਸੋ ਜਸਮੀਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹੈਲੋ ਐਵਰੀਵਨ। ਥੈਂਕ ਯੂ ਸੋ ਮਚ ਜਸਮੀਤ ਜੀ। ਸਭ ਤੋਂ ਪਹਿਲਾਂ ਤਾਂ ਇਹ ਅਸੀਂ ਮੰਨ ਕੇ ਚੱਲੀਏ ਕਿ ਕੈਨੇਡਾ ਦੇ ਵਿੱਚ ਜਿਵੇਂ ਇਹ ਗੱਲ ਕਹੀ ਗਈ ਹੈ ਕਿ ਵਿਜ਼ਿਟਰ ਟੂ ਵਰਕ ਪਰਮਿਟ ਬੰਦ ਹੈ, ਇਹਦਾ ਮਤਲਬ ਇਹ ਗੱਲ ਸਾਫ਼ ਹੋ ਗਈ ਕਿ ਹੁਣ ਕੋਈ ਵੀ ਅਗਰ ਵਿਜ਼ਿਟਰ ਵੀਜ਼ਾ ਲੈ ਕੇ ਕੈਨੇਡਾ ਜਾਂਦਾ ਹੈ ਤੇ ਉਹ ਉੱਥੇ ਵਰਕ ਪਰਮਿਟ ਨਹੀਂ ਲੈ ਸਕੇਗਾ ਕਿਸੇ ਵੀ ਕੀਮਤ ਤੇ। ਸੋ ਦੇਖੋ, ਪਹਿਲੀ ਗੱਲ ਤਾਂ ਨਾ ਮੈਂ ਥੋੜਾ ਜਿਹਾ ਪਿੱਛੇ ਸਟਾਰਟ ਕਰਦਾ। ਆਪਾਂ ਨਾ ਜੀ ਬਲੌਗਰ ਬੰਦੇ ਜਾ ਰਹੇ ਹਾਂ, ਕੰਸਲਟੈਂਟ ਘੱਟ ਹੈ, ਔਰ ਕੋਈ ਜੀ ਵੀ ਅਪਡੇਟ ਆਉਂਦਾ ਨਾ ਲੋਕੀ ਵੀ ਫੋਲੋ ਪਰ ਬਲੌਗਰਾਂ ਨੂੰ ਹੀ ਕਰਦੇ ਆ, ਕਿਉਂਕਿ ਉਹ ਬੜਾ ਲੂਣ ਮਿਰਚ ਮਸਾਲਾ ਲਾ ਕੇ ਚੀਜ਼ ਵੇਚਦੇ ਆ, ਤਾਂ ਲੋਕਾਂ ਨੂੰ ਲੱਗਦਾ ਕਿ ਇਹ ਠੀਕ ਹੀ ਦੱਸ ਰਹੇ ਹੋਣ। ਪਹਿਲੀ ਗੱਲ ਜੀ ਤਾਂ ਵਿਜ਼ਿਟਰ ਟੂ ਵਰਕ ਵਾਲੇ ਆ ਵਾਲੇ ਰੂਲ ਨੇ ਨਾ ਆਪਣੇ ਬੱਚਿਆਂ ਨੂੰ ਵੀ ਡਰਾਤਾ, ਜੀ ਕਿਉਂਕਿ ਬਲੌਗਰ ਕਹਿੰਦਾ ਕੱਲ ਨੂੰ ਕੈਨੇਡਾ ਸਟੂਡੈਂਟ ਨੂੰ ਵੀ ਵਰਕ ਵੀਜ਼ਾ ਨਹੀਂ ਦੇਗੀ, ਕਲੈਰਿਟੀ ਹੈ ਨਹੀਂ, ਉਹ ਆਪੇ ਕਦੀ ਕੈਨੇਡਾ ਗਏ ਨਹੀਂ, ਰਿਐਲਿਟੀ ਚੈੱਕ ਹੈ ਨਹੀਂ, ਜੀ ਉੱਥੇ ਦੀ ਗਰਾਊਂਡ ਸਿਚੁਏਸ਼ਨ ਕੀ ਹੈ ਕਿਸੇ ਨੂੰ ਪਤਾ ਨਹੀਂ। ਬਟ ਆਪਾਂ ਲੋਕਾਂ ਨੂੰ ਇਨਫੋਰਮੇਸ਼ਨ ਦੇਣੀ ਹੈ, ਸਲਾਹ ਦੇਣੀ ਹੈ। ਮੈਂ ਕਈ ਵਾਰੀ, ਤੁਸੀਂ ਵੀ ਸੁਰਿੰਦਰ ਜੀ ਮੈਨੂੰ ਕਹਿੰਦੇ ਹੋ ਅੱਜ ਇਹ ਅਪਡੇਟ ਆਇਆ ਆਪਾਂ ਇਹ ਤੇ ਲਾਈਵ ਕਰ ਦਈਏ, ਠੀਕ ਹੈ, ਪਰ ਤੁਹਾਨੂੰ ਪਤਾ ਮੈਂ ਕਈ ਵਾਰੀ ਮੈਂ ਕਹਿੰਦਾ ਆਪਾਂ ਲਾਈਵ ਤੇ ਕਰ ਦਈਏ, ਬੱਚਿਆਂ ਨੂੰ ਅਪਡੇਟ ਦੇਣ ਦੀ ਬਜਾਏ ਨਾ ਉਹ ਘਬਰਾ ਜਾਂਦੇ ਆ, ਚਾਹੇ ਉਹ ਅਪਡੇਟ ਵਧੀਆ ਹੀ ਆਇਆ ਹੋਵੇ। ਕੱਲ ਹੁਣ ਬੜਾ ਵਧੀਆ ਅਪਡੇਟ ਆਇਆ, ਮੈਂ ਦੱਸਦਾ, ਕੱਲ ਅਪਡੇਟ ਆਇਆ, ਪਹਿਲਾਂ ਕੈਨੇਡਾ ਨੇ ਕਿਹਾ ਸੀ ਕਿ 30 ਅਗਸਤ ਤੋਂ ਬਾਅਦ ਬੱਚੇ 20 ਘੰਟੇ ਕੰਮ ਕਰ ਸਕਣਗੇ, ਪਹਿਲਾਂ 24 ਘੰਟੇ ਸੀ, ਉਹਨਾਂ ਨੇ 1 ਅਪ੍ਰੈਲ ਤੋਂ 24 ਘੰਟੇ ਕਰਤਾ ਸੀ। ਹੁਣ ਕੱਲ ਇੱਕ ਬੜਾ ਵਧੀਆ ਅਪਡੇਟ ਆਇਆ ਕਿ ਉਹਨਾਂ ਨੇ ਕਿਹਾ ਕਿ 24 ਘੰਟੇ ਕੰਮ ਕਰਾਂਗੇ, 20 ਘੰਟੇ ਦੀ ਜਗ੍ਹਾ ਉਹਨਾਂ ਨੇ 24 ਰਹਿਣ ਦਿੱਤੇ, ਕਿ ਹੁਣ ਜਿੰਨੇ ਵੀ ਸਟੂਡੈਂਟ ਕੈਨੇਡਾ ਆਣਗੇ ਉਹ 24 ਘੰਟੇ ਕੰਮ ਕਰਨਗੇ। ਔਰ ਮੈਂ ਇੱਕ ਬਲੌਗਰ ਨੂੰ ਸੁਣਿਆ, ਉਹ ਕਹਿੰਦੇ ਕੈਨੇਡਾ ਨੇ ਬਹੁਤ ਹੀ ਨੁਕਸਾਨ ਕਰਤਾ ਬੱਚਿਆਂ ਦਾ, ਉਹਨੇ ਸਮਝ ਨਹੀਂ ਆਗੀ ਕਿਉਂਕਿ ਉਹਨੂੰ ਪਤਾ ਨਹੀਂ ਸੀ ਕਿ ਪਹਿਲਾਂ ਉਹ 20 ਘੰਟੇ ਉਹਨੇ ਕਿਹਾ ਸੀ, ਉਹਨਾਂ ਨੇ 4 ਘੰਟੇ ਵਧਾਤੇ ਆ ਲੀਗਲ ਦੇ, ਘਟਾਏ ਨਹੀਂ ਹੈਗੇ। ਸੋ ਪਹਿਲੀ ਗੱਲ ਤਾਂ ਸਟੂਡੈਂਟਸ, ਆਪਾਂ ਨਾ ਇੱਕ ਵਾਰੀ ਰਿਐਲਿਟੀ ਚੈੱਕ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਤੁਸੀਂ ਕੰਸਲਟੈਂਟ ਦੇ ਆਫਿਸ ਜਾਂਦੇ ਹੋ, ਚੈੱਕ ਕਰੋ ਕਿੰਨਾ ਪੁਰਾਣਾ ਹੈ, ਕਿੰਨੀ ਦੇਰ ਦਾ ਬੈਠਾ ਹੈ, ਕਿੰਨੇ ਕੁ ਵੀਜ਼ੇ ਲਵਾਏ ਆ। ਸੋ ਅੱਜ ਸਾਡੇ ਕੋਲ ਤਾਂ ਇੰਨੇ ਕੁ ਵੀਜ਼ੇ ਆ ਕਿ ਅਸੀਂ ਕਾਊਂਟ ਵੀ ਨਹੀਂ ਕਰ ਸਕਦੇ, ਔਰ ਜੇ ਉਹਨਾਂ ਵੀਜ਼ਿਆਂ ਤੋਂ ਮੈਂ ਕਿਤੇ ਪੈਕੇਜ ਕੀਤਾ ਹੁੰਦਾ ਸਰ, ਤੇ ਮੈਂ ਤਾਂ ਕਿੱਥੇ ਹੁੰਦਾ ਫਿਰ। ਜਿਨ੍ਹਾਂ ਨੇ ਪਿਛਲੇ ਸਾਲ 20 ਬੱਚੇ ਪੈਕੇਜ ਤੇ ਭੇਜੇ, ਉਹ ਅੱਜ ਆਪਣੇ ਆਪ ਨੂੰ ਰੱਬ ਸਮਝਦੇ ਆ, ਤੁਸੀਂ ਸਮਝੋ। ਮੈਂ ਦੇਖੇ ਕਈ ਵੀਡੀਓ ਲੋਕਾਂ ਦੇ, ਉਹ ਕਹਿੰਦੇ ਕਿ ਪੈਕੇਜ ਤੇ ਜਾਓ, ਅੱਜ ਵੀ ਜੇ ਅਸੀਂ ਪੈਕੇਜ ਬਾਰੇ ਬੋਲਦੇ ਹਾਂ ਉਹ ਸਾਨੂੰ ਗਲਤ ਕਹਿੰਦੇ ਆ ਕਿ ਤੁਸੀਂ ਪੈਕੇਜ ਦੇ ਖਿਲਾਫ ਕਿਉਂ ਬੋਲਦੇ ਹੋ। ਬਿਲਕੁਲ, ਪੈਕੇਜ ਤਾਂ ਚਲੋ ਨਹੀਂ ਕਰਨਾ ਚਾਹੀਦਾ, ਇਹ ਤਾਂ ਜਿਹੜੇ ਸਿਆਣੇ ਵਿਦਿਆਰਥੀ ਦਾ ਪੈਕੇਜ ਕਰਦੇ ਨਹੀਂ। ਜੇ ਕੋਈ ਕਹਿੰਦਾ ਕਿ ਮੈਂ ਆਪਣੀ ਕਮਿਊਨਿਟੀ ਦਾ ਭਲਾ ਕਰ ਰਿਹਾ, ਤਾਂ ਨਾਲੇ ਉਹ ਪੈਕੇਜ ਵੇਚਦਾ, ਨਾਲੇ ਕਹਿੰਦਾ ਮੈਂ ਆਪਣੀ ਕਮਿਊਨਿਟੀ ਦਾ ਭਲਾ ਕਰ ਰਿਹਾ, ਇਹ ਭਲਾ ਨਹੀਂ ਹੈ ਸਰ, ਇਹ ਤਾਂ ਡਾਕੂ ਹੈ ਵੱਡੇ, ਇਹ ਟਾਈਮ ਟੂ ਟਾਈਮ ਸਿਰ ਆਉਂਦੇ ਰਹਿੰਦੇ ਆ, ਪੈਕੇਜ ਕਰ ਕਰਕੇ ਲੋਕਾਂ ਨੂੰ ਬਰਬਾਦ ਕਰ ਰਹੇ ਆ। ਜਦੋਂ ਬੱਚਾ ਵਿਚਾਰਾ ਉੱਥੇ ਪਹੁੰਚਦਾ, ਉਹ ਤੋਂ 15 ਲੱਖ ਇੱਥੇ ਲੈ ਲੈਂਦੇ ਆ, ਉੱਥੇ ਜਾ ਕੇ ਪਤਾ ਲੱਗਦਾ ਕਿ ਵਰਕ ਪਰਮਿਟ ਤਾਂ ਮਿਲਣਾ ਹੀ ਨਹੀਂ, ਉਹਨੂੰ ਕਹਿੰਦੇ ਕ੍ਰੈਡਿਟ ਟ੍ਰਾਂਸਫਰ ਲੈਣੀ, ਫਲਾਣੀ ਯੂਨੀਵਰਸਿਟੀ 'ਚ ਪੜ੍ਹ ਲਈ, ਬੱਚਾ ਕਿੱਥੇ ਕਰ ਪਾਉਂਦਾ ਸਰ ਇਹ ਸਾਰੀਆਂ ਚੀਜ਼ਾਂ। ਤਾਂ ਹੀ ਉਹ 70,000 ਫਸੇ ਆ ਭਾਟੀਆ ਜੀ। ਭਈ ਬੱਚਿਆਂ ਨੂੰ ਕਲੀਅਰ ਕੱਟ ਰਸਤਾ ਕਿਉਂ, ਜਦੋਂ ਅਸੀਂ ਦੱਸਦੇ ਹਾਂ ਤਾਂ ਬੱਚਿਆਂ ਨੂੰ ਚੰਗਾ ਨਹੀਂ ਲੱਗਦਾ ਸਾਡਾ ਕਲੀਅਰ ਕੱਟ ਰਸਤਾ ਦੱਸਿਆ ਹੋਇਆ।
ਸਰ ਦੇਖੋ ਬੱਚਿਆਂ ਨੂੰ ਸਟੈਪ ਵਾਈਜ਼ ਪ੍ਰੋਸੀਜਰ, ਹੁਣ ਅੱਜ ਦੇਖੋ ਮੈਂ ਅਖਬਾਰ ਖੋਲੋ ਚੰਡੀਗੜ੍ਹ ਦੀ, ਡੇਲੀ ਆਉਂਦਾ ਕੋਈ 90 ਲੱਖ ਲੈ ਕੇ ਭੱਜ ਗਿਆ ਏਜੰਟ, ਕੋਈ 60 ਲੱਖ ਲੈ ਕੇ ਭੱਜ ਗਿਆ ਏਜੰਟ, ਕੋਈ ਮੇਰੇ ਦਫ਼ਤਰ ਬੈਠਾ ਸੀ ਉਹ ਕਹਿੰਦੇ ਅੱਜ ਕੱਲ੍ਹ ਏਜੰਟ ਬੜੇ ਭੱਜ ਰਹੇ ਆ, ਮੈਂ ਕਿਹਾ ਤੁਸੀਂ ਮੇਰੇ ਦਫ਼ਤਰ ਬੈਠੇ ਹੋ, ਇਹ ਦਫ਼ਤਰ ਸਾਡਾ ਆਪਣਾ ਹੈ, ਕਿੱਥੇ ਭੱਜਾਂਗੇ ਦੱਸੋ, ਕਿਤੇ ਨਹੀਂ ਭੱਜ ਕੇ ਜਾਣ ਵਾਲੇ, ਕਿਸੇ ਕਲਾਇੰਟ ਤੋਂ 5-10 ਹਜ਼ਾਰ ਰੁਪਏ ਜੇ ਪ੍ਰੋਸੈਸਿੰਗ ਫੀਸ ਲੈ ਲਈ ਹੋਏਗੀ ਤਾਂ ਜੋ ਕਹਿੰਦਾ ਮੈਂ ਨਹੀਂ ਲੈਣਾ ਕੇਸ ਤਾਂ ਉਹ ਉਸੇ ਟਾਈਮ ਵਾਪਸ ਕਰ ਦਿੰਦੇ ਆ। ਸੋ ਸਟੂਡੈਂਟ, ਪਹਿਲੀ ਗੱਲ ਤਾਂ ਮੈਂ ਸਟੂਡੈਂਟ ਵੀਜ਼ਾ 'ਚ ਕੋਈ ਪ੍ਰੋਸੈਸਿੰਗ ਫੀਸ ਨਹੀਂ ਲੈਂਦਾ, ਟੂਰਿਸਟ ਵੀਜ਼ਾ 'ਚ ਪ੍ਰੋਸੈਸਿੰਗ ਫੀਸ ਲਈ ਦੀ ਹੈ। ਦੇਖੋ ਕੋਈ ਫਾਈਲ ਲਵਾਂਗੇ, ਸਟਾਫ ਕੰਮ ਕਰ ਰਿਹਾ ਉਹਦੇ ਪੈਸੇ ਤਾਂ ਲੈਣੇ ਪੈਣਗੇ ਜੈਨੂਇਨ ਜੀ, ਜੈਨੂਇਨ ਜੇ ਪੈਸੇ ਲਈਦੇ ਆ, ਉਹ ਵੀ ਕੋਈ ਲੱਖਾਂ ਰੁਪਏ 'ਚ ਕਹਾਣੀ ਨਹੀਂ ਹੈਗੀ, 20 ਹਜ਼ਾਰ ਰੁਪਏ 'ਚ ਕੇਸ ਲਾਈਦਾ। ਬੜੇ ਏਜੰਟ ਕਹਿੰਦੇ ਯਾਰ ਤੁਸੀਂ ਮਾਰਕੀਟ ਖਰਾਬ ਕਰਦੇ ਹੋ, 20 ਹਜ਼ਾਰ ਰੁਪਏ ਲੈਂਦੇ ਹੋ ਸਿਰਫ, ਅਸੀਂ ਤਾਂ 5 ਲੱਖ ਲਓ, 10 ਲੱਖ ਲਓ, ਆਫਟਰ ਵੀਜ਼ਾ ਲਓ। ਮੈਂ ਕਿਹਾ ਕਿਉਂ ਗਰੀਬ ਮਾਰ ਕਰਨੀ ਕਿਸੇ ਨਾਲ, ਕੰਮ ਕੰਮ 20 ਹਜ਼ਾਰ ਰੁਪਏ ਦਾ ਹੀ ਹੈ, ਕੰਮ 20 ਹਜ਼ਾਰ ਰੁਪਏ ਦਾ ਹੀ ਹੈ, ਬਟ ਲੋਕੀ ਆਪਣੇ ਏਜੰਟ ਬਣਾਉਂਦੇ ਆ, ਔਰ ਏਜੰਟ ਜਦੋਂ ਬਣ ਜਾਂਦੇ ਆ ਤਾਂ ਏਜੰਟ ਹੀ ਕਹਾਂਗਾ ਮੈਂ, ਕੰਸਲਟੈਂਟ ਨਹੀਂ ਕਹਾਂਗਾ, ਤੇ ਫਿਰ ਉਹ ਬੱਚਿਆਂ ਨੂੰ ਗੁੰਮਰਾਹ ਕਰਦੇ ਆ। ਹੁਣ ਆ ਵਿਜ਼ਿਟਰ ਟੂ ਵਰਕ ਵਾਲੇ ਨੂੰ ਬੱਚੇ ਕਨਫਿਊਜ਼ ਹੋ ਗਏ, ਮੈਂ ਸੱਚੀ ਦੱਸਦਾ, ਮੇਰੇ ਕੋਲ ਪੜ੍ਹੇ ਲਿਖੀ ਫੈਮਿਲੀ, ਚੰਡੀਗੜ੍ਹ ਤੋਂ ਫੋਨ ਆਇਆ ਕੱਲ੍ਹ, ਉਹ ਵਿਚਾਰੇ ਡਰੇ ਪਏ, ਕਹਿੰਦੇ ਤੁਸੀਂ ਕੈਨੇਡਾ ਬੱਚਾ ਸਾਡਾ ਜਾ ਰਿਹਾ, ਇਹ ਸਾਨੂੰ ਸੁਣਨ 'ਚ ਆਇਆ ਕਿ ਕੈਨੇਡਾ ਨੇ ਵਰਕ ਵੀਜ਼ਾ ਬੰਦ ਕਰਤਾ ਬੱਚਿਆਂ ਨੂੰ ਦੇਣਾ। ਮੈਂ ਕਿਹਾ ਕਿੱਥੋਂ ਸੁਣ ਲਿਆ, ਕਹਿੰਦੇ ਪੱਲ ਦਾ ਜਿਹੜਾ ਅਪਡੇਟ ਆਇਆ। ਮੈਂ ਕਿਹੜਾ ਅਪਡੇਟ ਆਇਆ ਮੈਨੂੰ ਨਹੀਂ ਪਤਾ, ਸੋ ਕਿਹੜਾ ਅਪਡੇਟ ਦਾ ਜਿਹੜਾ ਸਾਨੂੰ ਪਤਾ ਨਹੀਂ, ਮੈਂ ਦੱਸ ਦਿੰਦਾ 15 ਸਪਤੰਬਰ ਨੂੰ ਇੱਕ ਅਪਡੇਟ ਆਉਣਾ, 15 ਅਕਤੂਬਰ ਨੂੰ ਇੱਕ ਅਪਡੇਟ ਆਉਣਾ, ਮੈਂ ਵੀ ਦੱਸ ਸਕਦਾ ਕਿਹੜੇ ਅਪਡੇਟ ਆਉਣੇ ਆ, ਬਟ ਮੇਰੀ ਆਦਤ ਨਹੀਂ ਹੈਗੀ ਕਿ ਮੈਂ ਅਪਡੇਟ ਇੱਕ ਫੁਰਲਾ ਕੱਢ ਕੇ ਮੈਂ ਸਾਰਿਆਂ ਨੂੰ ਸਮਝਾਉਣ ਲੱਗਦਾ, ਕਿਉਂਕਿ ਇਹਦੇ ਨਾਲ ਪੈਨਿਕ ਕ੍ਰੀਏਟ ਹੁੰਦਾ। ਜਿਹੜੇ ਚੰਗੇ ਚੰਗੇ ਬੱਚਿਆਂ ਨੇ ਕੈਨੇਡਾ ਜਾਣਾ ਸੀ, ਅੱਛੇ ਅੱਛੇ ਕੋਰਸਿਸ ਕਰਨ ਜਾਣਾ ਸੀ, ਆਪਾਂ ਪੰਜਾਬ 'ਚ ਇੰਨਾ ਪੈਨਿਕ ਕ੍ਰੀਏਟ ਕਰਤਾ, ਉਹ ਕਈ ਬੱਚੇ ਤਾਂ ਜਾ ਹੀ ਨਹੀਂ ਰਹੇ, ਫੀਸਾਂ ਭਰ ਕੇ ਵੀ ਨਹੀਂ ਜਾ ਰਹੇ। ਆਪਾਂ ਕੈਨੇਡਾ ਨੂੰ ਇੱਦਾਂ ਦਾ ਦਿਖਾਤਾ ਕਿ ਕੈਨੇਡਾ ਇੱਕ ਹਊਆ ਹੈ, ਹਊਆ ਬਣਾਤਾ ਕੈਨੇਡਾ ਨੂੰ, ਉਹ ਕੋਈ ਫਰਕ ਨਹੀਂ ਹੈਗਾ ਕੈਨੇਡਾ, ਆਸਟ੍ਰੇਲੀਆ, UK, ਜਰਮਨੀ, USA, ਜੇ ਤੁਸੀਂ ਮਿਹਨਤ ਨਹੀਂ ਕਰ ਸਕਦੇ ਨਾ, ਸਾਰੇ ਕੰਟਰੀ ਬੇਕਾਰ ਹੈ। ਜੇ ਤੁਸੀਂ ਮਿਹਨਤ ਨਹੀਂ ਕਰ ਸਕਦੇ, ਜੇ ਤੁਸੀਂ ਸੋਚਦੇ ਹੋ ਕਿ ਉੱਥੇ ਜਾ ਕੇ ਕੋਈ ਮੂੰਹ 'ਚ ਰੋਟੀ ਪਾਏਗਾ, ਨਹੀਂ, ਕਿਸੇ ਨੇ ਨਹੀਂ ਪਾਣੀ। ਸੋ ਜਿਹੜੇ ਵੀ ਆਪਣਾ ਸ਼ੋਅ ਦੇਖ ਰਹੇ, ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ 90410-96-100 ਤੇ, ਔਰ ਪਰਸੋਂ ਮੈਂ ਬਠਿੰਡੇ ਆਫਿਸ 'ਚ ਰਵਾਂਗਾ, ਔਰ ਫਰਾਈਡੇ ਨੂੰ ਫਿਰ ਮੋਹਾਲੀ, ਔਰ ਸੈਟਰਡੇ ਨੂੰ ਲੁਧਿਆਣੇ। ਤੁਸੀਂ ਮੈਨੂੰ ਪਰਸੋਂ ਬਠਿੰਡੇ ਮਿਲ ਸਕਦੇ ਹੋ, ਪਰ ਫਰਾਈਡੇ ਨੂੰ ਮੋਹਾਲੀ, ਔਰ ਸੈਟਰਡੇ ਨੂੰ ਮੈਨੂੰ ਤੁਸੀਂ ਲੁਧਿਆਣੇ ਆਫਿਸ 'ਚ ਮਿਲ ਸਕਦੇ ਹੋ। ਲੁਧਿਆਣੇ ਸਾਡੇ 2 ਆਫਿਸ ਹੈ, ਇੱਕ ਮਾਡਲ ਟਾਊਨ ਐਕਸਟੈਂਸ਼ਨ ਅਤੇ ਇੱਕ ਫਿਰੋਜ਼ ਗਾਂਧੀ ਮਾਰਕੀਟ, ਹਾਫ ਐਂਡ ਹਾਫ ਟਾਈਮ ਮੈਂ ਦੋਨੋਂ ਆਫਿਸ 'ਚ ਰਵਾਂਗਾ। ਸੋ ਤੁਸੀਂ 90413 90412 'ਤੇ ਕਾਲ ਕਰਕੇ ਅਪੁਆਇੰਟਮੈਂਟ ਲੈ ਸਕਦੇ ਹੋ, ਪਰ ਮੇਰੀ ਕਿਸੇ ਦੇ ਨਾਲ ਵੀ ਕੋਈ ਕੀ ਕਹਿੰਦੇ ਆ, ਮੈਂ ਸਟੂਡੈਂਟ ਕੋਈ ਬੈਠਾ ਹੋਏਗਾ ਨਾ, ਮੇਰੀ ਕਿਸੇ ਸਟੂਡੈਂਟ ਦੀ ਨੋਰਮਲੀ ਕੀ ਹੁੰਦਾ, ਪਰਸੋਂ ਚੌਥ ਵੀ ਇੱਕ ਕਲਾਇੰਟ ਆਇਆ, ਕਹਿੰਦੇ ਅਸੀਂ ਕਾਉਂਸਲਿੰਗ ਲੈਣ ਗਏ, ਮੈਂ ਕੰਪਨੀ ਦਾ ਨਾਮ ਨਹੀਂ ਲਾਊਂਗਾ, ਪਹਿਲਾਂ ਵੀ ਉਹ ਫਰੋਡ ਕਰਕੇ ਬੰਦ ਹੋਏ ਸੀ, ਉਹਨਾਂ ਨੇ ਕਿਸੇ ਹੋਰ ਨਾਮ ਤੋਂ ਕੰਪਨੀ ਖੋਲ ਲਈ ਦੁਬਾਰਾ ਤੋਂ। ਫਿਰ ਉਹ ਕੀ ਕਹਿੰਦੇ ਆ, ਉਹ ਕਹਿੰਦੇ ਜੀ ਉਹਨਾਂ ਕੋਲ ਗਏ, ਉਹਨਾਂ ਨੇ ਕੀ ਕੀਤਾ ਸਾਡੇ ਨੂੰ, ਸਾਨੂੰ ਪਹਿਲੀ ਗੱਲ ਇਹ ਪੁੱਛੀ ਕਿ ਤੁਹਾਡੇ ਅਕਾਊਂਟ 'ਚ ਪੈਸੇ ਕੀ ਹੈ, ਪਰ ਮੈਂ ਕਿਹਾ ਉਹਨਾਂ ਨੂੰ ਪੁੱਛਣ ਦਾ ਕੀ ਮਤਲਬ ਕੀ ਹੈ ਕਿ ਤੁਹਾਡੇ ਅਕਾਊਂਟ 'ਚ ਪੈਸੇ ਕਿੰਨੇ ਆ। ਉਹ ਕਹਿੰਦੇ ਇੱਦਾਂ ਦੀ ਭੂਮਿਕਾ ਬਣਾਉਂਦੇ ਆ ਕਿ ਜਿੰਨੇ ਪੈਸੇ ਤੁਹਾਡੇ ਅਕਾਊਂਟ 'ਚ ਪਏ ਹੋਏ ਆ ਉਦਾਂ ਦਾ ਪਲਾਨ ਦੱਸਦੇ ਆ। ਸੋ ਉਹਨਾਂ ਭਲੇ ਮਾਨਸਾ ਨੇ ਕਹਿਤਾ ਕਿ ਸਾਡੇ ਅਕਾਊਂਟ 'ਚ 3.5 ਲੱਖ ਰੁਪਏ ਗਏ ਪਏ ਆ, ਤਾਂ ਕੁੜੀ ਨੇ ਕਿਹਾ ਕਿ 4 ਲੱਖ ਲੱਗੇਗਾ ਸਰ, ਤੁਹਾਨੂੰ ਬਾਹਰ ਭੇਜਦਾ ਕੈਨੇਡਾ।
ਔਰ ਉਹਨਾਂ ਨੇ ਵੀ 4 ਲੱਖ ਦੀ ਜਗ੍ਹਾ ਉਹਨਾਂ ਨੇ ਕਿਹਾ ਸੀ ਬਾਜੀ ਮਾਰ ਲਈ, 3 ਲੱਖ ਰੁਪਈਆ ਉਹਨਾਂ ਨੂੰ ਐਡਵਾਂਸ ਦਿਆ ਔਰ ਵੀਜ਼ਾ ਹੋ ਗਿਆ ਰਿਫਿਊਜ਼, ਉਹ ਕਹਿੰਦੇ 3 ਲੱਖ ਰੁਪਏ ਤਾਂ ਨੋਨ ਰਿਫੰਡੇਬਲ ਸੀ। ਸੋ ਇੱਦਾਂ ਦੇ ਏਜੰਟ ਬੈਠੇ ਆ ਜੀ, ਪਹਿਲਾਂ ਜਿਹੜੇ ਅਸੈਸ ਕਰਦੇ ਤੁਹਾਡੀ ਜੇਬ 'ਚ ਕੀ ਹੈ ਉਹ ਕੱਢ ਲਈ। ਸੋ ਪੈਕੇਜ ਸਿਸਟਮ ਦੀ ਮੈਂ ਬਿਲਕੁਲ ਖਿਲਾਫ ਹਾਂ ਔਰ ਕਿਸੇ ਨੂੰ ਵੀ ਮੈਂ ਕਹਾਂਗਾ ਪੈਕੇਜ ਸਿਸਟਮ 'ਚ ਅਪਲਾਈ ਨਹੀਂ ਕਰਨਾ ਚਾਹੀਦਾ, ਤੁਹਾਡਾ ਨੁਕਸਾਨ ਹੈ ਬਹੁਤ ਵੱਡਾ। ਔਰ ਜੇ ਤੁਸੀਂ ਸਟਰੀਮ ਵਾਈਜ਼ ਬਿਲਕੁਲ ਸਟੈਪ ਵਾਈਜ਼ ਚੱਲੋਗੇ, ਚਾਹੇ UK ਹੋਵੇ, ਚਾਹੇ ਕੈਨੇਡਾ ਹੋਵੇ, ਚਾਹੇ USA ਹੋਵੇ, ਚਾਹੇ ਉਹ ਜਰਮਨੀ ਹੋਵੇ, ਸਟੈਪ ਵਾਈਜ਼ ਚੱਲੋਗੇ ਸਟੂਡੈਂਟਸ, ਤੁਹਾਡਾ ਬਹੁਤ ਫਾਇਦਾ ਹੈ। ਤੁਹਾਨੂੰ ਲੱਖਾਂ ਰੁਪਈਆ ਕਿਸੇ ਨੂੰ ਦੇਣ ਦੀ ਲੋੜ ਨਹੀਂ ਹੈਗੀ। ਪੈਕੇਜ 'ਚ ਆਪਾਂ 5-7 ਲੱਖ ਰੁਪਏ ਦਾ ਨੁਕਸਾਨ ਕਰਾ ਬੈਠਦੇ ਹਾਂ ਬਿਨਾਂ ਵਜ੍ਹਾ ਹੀ, ਘੱਟੋ ਘੱਟ 5-7 ਲੱਖ ਰੁਪਏ ਦਾ ਘੱਟੋ ਘੱਟ ਕਹਿ ਰਿਹਾ। ਮੇਰੇ ਕੋਲ ਤਾਂ ਇੱਦਾਂ ਦੇ ਬੱਚੇ ਵੀ ਹੈਗੇ ਹੈ ਜਿਹੜੇ 25-25 ਲੱਖ ਦੇ ਕੇ ਕੈਨੇਡਾ ਗਏ ਹੈ ਔਰ ਅੱਜ ਉਹਨਾਂ ਕੋਲ ਨਾ ਸਟੇਟਸ ਹੈ, ਇਲੀਗਲ ਹੋਏ ਬੈਠੇ ਆ, ਸਮਝ ਆ ਨਹੀਂ ਰਿਹਾ, ਘਰ ਆ ਨਹੀਂ ਸਕਦੇ। ਸੋ ਘਰ ਆ ਨਹੀਂ ਸਕਦੇ ਕਿਉਂਕਿ ਮਾਂ ਪਿਓ ਨੇ 25 ਲੱਖ ਦਿੱਤਾ ਸੀ, ਹੁਣ ਕਿੱਥੇ ਜਾਈਏ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਸੋ ਪੈਕੇਜ ਨੂੰ ਤਾਂ ਅਵੋਇਡ ਕਰਨਾ ਚਾਹੀਦਾ ਹੈ, ਜੈਨੂਇਨ ਤਰੀਕੇ ਨਾਲ ਹੀ ਅਪਲਾਈ ਕਰਨਾ ਚਾਹੀਦਾ। ਪਰਸੋਂ ਦਾ ਅਪਡੇਟ ਹੈ ਉਹਦੇ 'ਚ ਸਿਰਫ ਇਹ ਕਿਹਾ ਗਿਆ ਕਿ ਜਿਹੜੇ ਲੋਕ, ਆਪਾਂ ਆਪਣੀ ਗੱਲ ਤੇ ਆਨੇ ਆ ਮੁੜ ਕੇ, ਜਿਹੜੇ ਲੋਕ ਕੀ ਕਹਿੰਦੇ ਆ ਵਰਕ ਵਿਜ਼ਿਟਰ ਤੇ ਇੱਥੋਂ ਕੈਨੇਡਾ ਜਾਂਦੇ ਸੀ ਉਹ ਉੱਥੇ ਜਾ ਕੇ ਨਹੀਂ ਵਰਕ ਕਨਵਰਟ ਕਰਾ ਸਕਦੇ, ਉਹ ਵਾਪਸ ਆ ਜਾਓ ਤੁਸੀਂ, ਫਿਰ ਤੁਸੀਂ ਇੱਥੋਂ ਵਰਕ ਵੀਜ਼ਾ ਅਪਲਾਈ ਕਰ ਸਕਦੇ। ਇਹ ਨਹੀਂ ਹੈ ਕਿ ਵਰਕ ਵੀਜ਼ਾ ਟੋਟਲੀ ਬੰਦ ਹੋ ਗਏ ਸਰ ਜੀ। ਦੇਖੋ IBU ਯੂਨੀਵਰਸਿਟੀ ਹੈਗੀ ਹੈ ਪ੍ਰਾਈਵੇਟ ਸ਼ੀਨਾ ਕੌਰ, ਬਟ ਦੇ ਆਰ ਗਿਵਿੰਗ ਐਡਮਿਸ਼ਨ ਟੂ ਐਵਰੀਬਡੀ ਜਦ ਤੱਕ ਸਿੱਕਾ ਚੱਲ ਰਿਹਾ, ਦੇਖ ਸਕਦੇ ਹੋ, ਬਟ ਇਟ ਇਜ਼ ਅ ਪ੍ਰਾਈਵੇਟ ਯੂਨੀਵਰਸਿਟੀ, ਐਡੀ ਕੋਈ ਉਹਦੀ ਵੈਲਿਊ ਨਹੀਂ ਹੈਗੀ ਹੈ। ਔਰ ਪਰ ਜੇ ਤੁਸੀਂ ਦੇਖਦੇ ਹੋ ਕਿ ਤੁਸੀਂ ਇੱਦਾਂ ਦੀ ਯੂਨੀਵਰਸਿਟੀ 'ਚ ਜਾਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਤੁਸੀਂ ਅਪਲਾਈ ਕਰ ਸਕਦੇ ਹੋ, ਅਸੀਂ ਵੀ ਕਰਦੇ ਹਾਂ ਅਪਲਾਈ, ਬਟ ਇਟਸ ਅ ਪ੍ਰਾਈਵੇਟ ਯੂਨੀਵਰਸਿਟੀ ਡੈਫੀਨੇਟਲੀ। ਮਾਸਟਰਸ ਦਾ ਇੱਕ ਬੜਾ ਪੋਜ਼ਿਟਿਵ ਜਿਹਾ ਟ੍ਰੈਂਡ ਮੈਨੂੰ ਦੇਖਣ ਨੂੰ ਮਿਲਿਆ। ਮਾਸਟਰਸ 'ਚ ਮੇਰਾ ਇਹ ਵੀ ਮੰਨਣਾ ਹੈ ਕਿ ਜਦੋਂ ਕੋਈ ਬੱਚਾ ਇੰਡੀਆ 'ਚ ਗ੍ਰੈਜੂਏਟ ਹੋ ਜਾਂਦਾ ਥੋੜ੍ਹਾ ਸਿਆਣਾ ਹੋ ਜਾਂਦਾ ਪਾਰਟੀਆਂ ਦੀ, ਕਿ ਮਾਸਟਰ ਵਾਲੇ ਬੱਚੇ ਵੀ ਰਿਹਾ ਕਰਦੇ ਸੀ ਕਿ ਵਿਜ਼ਟਰ ਲੈ ਕੇ ਉੱਥੇ ਚਲੇ ਜਾਈਏ ਅਤੇ ਅਸੀਂ LMIA ਲੈ ਲਈਏ। ਦੇਖੋ ਬਹੁਤ ਬੱਚੇ ਇੱਦਾਂ ਕਰਦੇ ਸੀ ਔਰ ਪਤਾ ਕੀ ਹੁੰਦਾ ਸੀ ਕਿ ਜਦੋਂ ਬੱਚੇ ਇੱਦਾਂ ਕਰਦੇ ਆ ਨਾ, ਉਹਦੇ ਪਿੱਛੇ ਇਹ ਰੀਜ਼ਨ ਹੁੰਦਾ ਸੀ ਕਿ ਅਸੀਂ ਨਾ ਸ਼ਾਇਦ ਜਿਹੜੀ ਫੀਸ ਔਰ GIC ਤੋਂ ਪੈਸੇ ਬਚਾ ਲਈਏ, ਬਚਦਾ ਕੁਛ ਨਹੀਂ। ਸੋ ਜਦੋਂ ਉੱਥੇ ਦੇ ਵਕੀਲ ਉਹ ਜਿਹੜਾ ਤੁਸੀਂ ਜਿਹੜਾ ਬਚਾਉਂਦੇ ਸੀ ਪੈਸਾ ਕਿ ਮੇਰਾ ਸ਼ਾਇਦ ਬਚ ਜਾਏਗਾ ਪੈਸਾ, ਉਹ ਪੈਸਾ ਤੁਹਾਡਾ ਉਸ ਤੋਂ ਜ਼ਿਆਦਾ ਵੱਧ ਹੀ ਲੱਗ ਜਾਏਗਾ, ਬਚਣਾ ਕੀ ਹੈ। ਨਾਲੇ ਤੁਸੀਂ ਕੀ ਕਹਿੰਦੇ ਆ ਪੈਸੇ ਦੇ ਕੇ ਜਾਓਗੇ ਇੱਥੋਂ, ਜਿਹੜੇ ਤੁਸੀਂ ਪੈਸੇ ਦੇ ਕੇ ਜਾਓਗੇ ਉਹ ਵੀ ਖਰਾਬ, ਕਿਉਂਕਿ ਇੱਥੋਂ ਦੇ ਕੀ ਕਹਿੰਦੇ ਆ ਜਿਹੜੇ ਪਹਿਲਾਂ ਇੱਥੇ ਪੈਕੇਜ ਤੇ ਕਿਸੇ ਨੇ ਭੇਜਤਾ ਟੂਰਿਸਟ ਵੀਜ਼ਾ ਵੀ ਪੈਕੇਜ ਕਰ ਲਿਆ, ਅਸੀਂ 20,000 ਰੁਪਏ 'ਚ ਕਰਦੇ ਹਾਂ ਟੂਰਿਸਟ ਵੀਜ਼ਾ, ਮੇਰੇ ਕੋਲ ਘੱਟ ਕੋਈ ਨਹੀਂ ਆਉਂਦਾ 20,000 ਰੁਪਏ ਦੇ, ਕਿਉਂਕਿ ਮੈਨੂੰ ਲੱਗਦਾ ਕਈ ਵਾਰੀ ਆਪਾਂ ਪੰਜਾਬੀਆਂ ਨੂੰ ਲੱਗਦਾ ਜਿਹੜਾ ਯਾਰ ਲੱਖਾਂ 'ਚ ਗੱਲ ਕਰਦਾ ਨਾ ਉਹ ਕੰਮ ਕਰਾ ਦੇਗਾ। ਮੇਰੀ ਟੀਮ ਵੀ ਕਈ ਵਾਰੀ ਕਹਿੰਦੀ ਹੈ, ਮੈਂ ਕਿਹਾ ਜਿਹੜਾ ਸਾਡਾ ਸਿਸਟਮ ਹੈ ਆਪਾਂ ਉਸ ਸਿਸਟਮ ਨੂੰ ਚੇਂਜ ਨਹੀਂ ਕਰਾਂਗੇ। ਸਾਡਾ ਸਿਸਟਮ ਹੈਗਾ ਕਿ ਆਪਣੇ ਜਿਹੜੇ ਪੰਜਾਬ ਦੇ ਲੋਕਾਂ ਨਾਲ ਠੱਗੀ ਵੱਜਦੀ ਹੈ, Day 1 ਤੋਂ ਵੀ ਉਹੀ ਸੀ। ਅੱਜ ਤੋਂ 18 ਸਾਲ ਪਹਿਲਾਂ ਸਰ ਮੇਰੀ ਫੀਸ ਸੀ 10,000, ਮੈਂ 10,000 ਲੈਂਦਾ ਸੀ 18 ਸਾਲ ਪਹਿਲਾਂ, ਕਿਉਂਕਿ ਉਸ ਟਾਈਮ ਵੀ ਠੱਗੀ ਵੱਜਦੀ ਸੀ ਔਰ ਉਸ ਟਾਈਮ ਵੀ ਮੈਂ ਐਜੂਕੇਟ ਕਰਨ ਨਿਕਲਿਆ ਸੀ ਲੋਕਾਂ ਨੂੰ। ਪਹਿਲਾਂ ਟੂਰਿਸਟ ਵੀਜ਼ਾ ਕੋਈ 10,000 ਰੁਪਏ 'ਚ ਕਰਦਾ ਹੀ ਨਹੀਂ ਸੀ।
ਸਾਰੇ ਕਹਿੰਦੇ ਸੀ ਇੱਕ ਕੇਸ ਕਰਾਂਗੇ ਮਹੀਨੇ ਦਾ, ਉੱਤੋਂ 5 ਲੱਖ ਲਵਾਂਗੇ, 10 ਲੱਖ ਲਵਾਂਗੇ, 20 ਲੱਖ ਲਵਾਂਗੇ, ਆਪਾਂ 10,000 ਲੈਂਦੇ ਸੀ। ਔਰ 18 ਸਾਲਾਂ ਬਾਅਦ ਦੇਖੋ 20,000 ਕੀਤੀ ਫੀਸ, ਮੇਰੇ ਜ਼ਿਆਦਾ ਤਾਂ ਨਹੀਂ ਕੀਤੀ ਸਰ, 18 ਸਾਲਾਂ 20,000 ਕੀਤੀ ਫੀਸ 18 ਸਾਲਾਂ ਚ। ਬਿਲਕੁਲ ਸਹੀ ਗੱਲ ਹੈ ਜੀ। ਸੋ ਮੈਨੂੰ ਲੱਗਦਾ ਕਿ ਸਾਡੀ ਟੀਮ ਕਹਿੰਦੀ ਸਰ ਲੱਖਾਂ ਚ ਨਹੀਂ ਬੋਲਦੇ ਤੁਸੀਂ ਫੀਸ ਆਪਣੀ, ਸ਼ਾਇਦ ਤਾਂ ਕਲਾਇੰਟ ਨੂੰ ਮਜ਼ਾ ਨਹੀਂ ਆਉਂਦਾ। ਹੁਣ ਪਤਾ ਨਹੀਂ ਸਾਡੇ ਕਲਾਇੰਟਾਂ ਨੂੰ ਸ਼ਾਇਦ ਲੱਖਾਂ ਵਾਲੀ ਫੀਸ ਤੇ ਮਜ਼ਾ ਆਉਂਦਾ, ਜਦੋਂ ਕੋਈ 15 ਲੱਖ ਕਹਿੰਦਾ ਕੈਨੇਡਾ ਦਾ ਵੀਜ਼ਾ ਲਵਾ ਦਾਂਗਾ ਤੁਹਾਨੂੰ ਵਧੀਆ ਲੱਗਦਾ, ਜਦੋਂ ਮੈਂ ਕਹਿੰਦਾ ਮੈਂ ਕੋਈ ਪੈਸਾ ਹੀ ਨਹੀਂ ਲੈਣਾ ਉਹਨੂੰ ਨਹੀਂ ਵਧੀਆ ਲੱਗਦਾ, ਉਹਨੂੰ ਕਹਿੰਦਾ ਲੱਗਦਾ ਹੋਣਾ ਕਿ ਇਹ ਬੰਦਾ ਕੰਮ ਹੀ ਨਹੀਂ ਕਰਾ ਸਕਦਾ ਸਾਡਾ, ਸ਼ਾਇਦ ਇਹੀ ਭਾਵਨਾ ਹੋਵੇ ਸਰ ਆਪਣੇ ਬੰਦਿਆਂ 'ਚ। ਕਿਉਂਕਿ ਇੱਕ ਪਾਸੇ ਦੇਖੀਏ ਜਿਹੜੀ ਕੋਈ ਮਹਿੰਗੀ ਚੀਜ਼ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ, ਬਟ ਸਹੀ ਜਿਹੜੀ ਸਲਾਹ ਹੈ ਉਹ ਦੇਖੋ ਇਹੀ ਹੈਗੀ ਹੈ ਕਿ ਸਹੀ ਆਪਾਂ ਸਹੀ ਤਰੀਕੇ ਜਾਈਏ। ਤੁਸੀਂ ਜੇ ਵਰਕ ਵੀਜ਼ਾ ਜਾਣਾ ਚਾਹੁੰਦੇ ਹੋ ਬਿਲਕੁਲ ਜਾਓ ਵਰਕ ਵੀਜ਼ਾ 'ਤੇ, LMIA ਲੈ ਸਕਦੇ ਹੋ, ਔਰ LMIA ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ। ਬਟ ਜਿਹੜੇ ਆਪਾਂ ਬਾਰਡਰ 'ਤੇ ਜਾ ਕੇ ਕਨਵਰਟ ਕਰਾਉਂਦੇ ਸੀ ਵਿਜ਼ਿਟਰ ਟੂ ਵਰਕ, ਉਹਦੇ 'ਚ ਕੋਈ ਪ੍ਰੋਬਲਮ ਉਹ ਨਹੀਂ ਲੈ ਸਕਦੇ, ਉਹ ਬੰਦ ਕਰ ਦਿੱਤਾ ਗਿਆ। ਉਹ ਵੀ ਸਿਰਫ ਇਸ ਲਈ ਬੰਦ ਕੀਤਾ ਹੈ, ਉਹਦੇ ਪਿੱਛੇ ਵੀ ਰੀਜ਼ਨ ਹੈ, ਵਧੀਆ ਰੀਜ਼ਨ ਇਹ ਹੈ ਕਿ ਜਿਹੜੇ ਸਟੂਡੈਂਟ ਅਤੇ ਬੱਚੇ ਜਾ ਰਹੇ ਹਾਂ ਤਾਂ ਕਿ ਉਹਨਾਂ ਨੂੰ ਕੰਮ ਮਿਲ ਸਕੇ। ਜੇ ਉਹਨਾਂ ਨੇ ਕੰਮ ਘਟਾਉਣਾ ਹੀ ਹੁੰਦਾ ਤਾਂ ਜਿਹੜੇ 24 ਘੰਟੇ ਤੋਂ ਉਹਨਾਂ ਨੇ 20 ਘੰਟੇ ਦੀ ਪੋਲਿਸੀ ਅਨਾਊਂਸ ਕੀਤੀ ਸੀ ਤਾਂ ਉਹ 20 ਘੰਟੇ ਕਿਉਂ, ਉਹ 20 ਘੰਟੇ ਹੀ ਰਹਿਣ ਦਿੰਦੇ, ਕੱਲ ਫਿਰ ਉਹਨਾਂ ਨੇ 24 ਘੰਟੇ ਕਿਉਂ ਕਰਤੀ? ਜੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਕੰਮ ਘਟਾਉਣਾ ਹੀ ਹੁੰਦਾ ਤਾਂ ਜਿਹੜੀ ਪੋਲਿਸੀ ਸੀ ਉਹਨੂੰ ਚੇਂਜ ਕਿਉਂ ਕਰਤਾ? ਉਹਨਾਂ ਨੇ 20 ਘੰਟੇ ਸੀ, 1 ਸਪਤੰਬਰ ਤੋਂ 20 ਘੰਟੇ ਆਵਰਸ ਹੋ ਜਾਣੇ ਸੀ, ਉਹਨਾਂ ਨੇ ਕਿਹਾ ਕਿ ਆਪਾਂ 24 ਘੰਟੇ ਕੰਮ ਕਰ ਸਕਦੇ ਹਾਂ। ਬਿਲਕੁਲ ਠੀਕ ਹੈ ਜੀ। ਤੇ ਕੀ ਕਹਿੰਦੇ ਫਿਰ ਆਪਾਂ ਇਹਨੇ ਇੱਕ ਅਪਡੇਟ, ਦੋ ਅਪਡੇਟ ਮੈਂ ਤੁਹਾਨੂੰ ਦੱਸਿਆ, ਇੱਕ ਤਾਂ ਵਿਜ਼ਿਟਰ ਟੂ ਵਰਕ ਵਾਲੇ ਤੇ ਕਲੈਰਿਟੀ ਲੈ ਲਓ, ਆਪਾਂ ਆਨਲਾਈਨ ਫਾਈਲ ਲਾ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈਗੀ। ਦੂਜਾ, 24 ਘੰਟੇ ਇਜ਼ ਨੋਟ ਅ ਨੈਗੇਟਿਵ, ਇਟ ਇਜ਼ ਅ ਪੋਜ਼ਿਟਿਵ ਟ੍ਰੈਂਡ। ਫਿਰ ਅਸੀਂ ਗੱਲ ਕਰਦੇ ਹਾਂ, ਦੇਖੋ CRS ਸਕੋਰਸ ਦੀ ਗੱਲ ਕਰਦੇ ਹਾਂ, ਜੇ ਤੁਸੀਂ ਮੈਨੂੰ ਕਹੋਗੇ ਤਾਂ ਮੈਂ, ਤੁਸੀਂ ਮੇਰੇ ਨਾਲ ਸਕਰੀਨ ਸ਼ੇਅਰ ਕਰ ਸਕਦੇ ਹੋ ਤਾਂ ਮੈਂ CRS ਸਕੋਰਸ ਤੇ ਗੱਲ ਕਰਨਾ ਚਾਹਾਂਗਾ ਬੱਚਿਆਂ ਦੇ ਨਾਲ। ਕਰੋ, ਬਿਲਕੁਲ ਕਰੋ ਜੀ, ਸਕਰੀਨ ਸ਼ੇਅਰ ਕਰੋ। ਜਿਹੜੇ CRS ਸਕੋਰਸ ਹੁੰਦੇ ਆ, ਪਹਿਲਾਂ ਤਾਂ CRS ਦਾ ਕੀ ਕਹਿੰਦੇ ਆ ਆਪਾਂ ਮਤਲਬ ਜਾਣੀਏ ਕਿ CRS ਚ, CRS ਦੀ ਫੁੱਲ ਫਾਰਮ ਹੁੰਦੀ ਹੈ ਕੰਪਰਹੈਂਸਿਵ ਰੈਂਕਿੰਗ ਸਿਸਟਮ। ਪਹਿਲਾਂ ਹੁੰਦੀ ਸੀ ਉੱਥੇ FSW, ਮੈਂ ਬਹੁਤ ਪੁਰਾਣਾ ਬੈਠਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਪਹਿਲਾਂ ਹੁੰਦਾ ਸੀ ਫੈਡਰਲ ਸਕਿੱਲਡ ਵਰਕਰ PR ਪ੍ਰੋਗਰਾਮ। ਕੈਨੇਡਾ ਨੇ 2008 'ਚ ਉਹ ਪ੍ਰੋਗਰਾਮ ਬੰਦ ਕਰਤਾ, 2008 'ਚ ਤਾਂ 9 'ਚ ਕਿ ਉਹ ਪ੍ਰੋਗਰਾਮ ਬੰਦ ਕਰਤਾ, FSW ਕਹਿੰਦੇ ਸੀ ਆਪਾਂ ਉਹਨੂੰ। ਔਰ ਉਸ ਪ੍ਰੋਗਰਾਮ ਨੂੰ ਬੰਦ ਕਰਕੇ ਉਹਨਾਂ ਨੇ ਨਵਾਂ ਪ੍ਰੋਗਰਾਮ ਲਿਆਂਦਾ ਜਿਹਦਾ ਉਹਨਾਂ ਨੇ ਨਾਮ ਦਿੱਤਾ ਐਕਸਪ੍ਰੈਸ ਐਂਟਰੀ ਪ੍ਰੋਗਰਾਮ। ਐਕਚੁਅਲੀ ਕੀ ਹੁੰਦਾ ਸੀ, ਫੈਡਰਲ ਸਕਿੱਲਡ ਵਰਕਰ 'ਚ ਉਹਨਾਂ ਦੇ 65 ਪੁਆਇੰਟ ਚਾਹੀਦੇ ਹੁੰਦੇ ਸੀ, ਔਰ 65 ਪੁਆਇੰਟ ਵਾਲੇ ਨੰਬਰ ਬਹੁਤ ਸਾਰੇ ਬਣ ਜਾਂਦੇ ਸੀ ਔਰ ਫਾਈਲਾਂ ਲੱਗੀਆਂ ਹੀ ਰਹਿ ਜਾਂਦੀਆਂ ਸੀ, ਠੀਕ ਹੈ, ਉਹ ਰਿਜ਼ਲਟ ਨਹੀਂ ਆਉਂਦੇ ਸੀ। ਫਿਰ ਉਹਨਾਂ ਨੇ ਕਿਹਾ ਕਿ ਜਿੰਨਾ ਕੋਲ ਸਕਿੱਲ ਹੈਗੀ ਹੈ, ਜਿਹੜੀ ਸਕਿੱਲ ਆਪਾਂ ਨੂੰ ਕੈਨੇਡਾ 'ਚ ਚਾਹੀਦੀ ਹੈ ਉਹ ਸਕਿੱਲ ਹੈਗੀ ਹੈ, ਔਰ ਜਿਹੜੇ ਪੜ੍ਹੇ ਲਿਖੇ ਹੈਗੇ ਹੈ ਜਿਨ੍ਹਾਂ ਦਾ ਇੰਗਲਿਸ਼ ਬਹੁਤ ਜ਼ਿਆਦਾ ਵਧੀਆ ਹੈ, ਉਹ CRS ਰੈਂਕਿੰਗ ਇੱਕ ਉਹਨਾਂ ਨੇ ਡਿਵਾਈਸ ਕੀਤੀ, ਉਹਦੇ ਵਿੱਚ ਕੀ ਕਹਿੰਦੇ ਹੈ ਉਹਨਾਂ ਨੇ ਐਕਸਪ੍ਰੈਸ ਐਂਟਰੀ ਰਾਹੀਂ ਲੋਕ ਬੁਲਾਉਣੇ ਸ਼ੁਰੂ ਕੀਤੇ, ਔਰ ਪਾਸਟ 14 ਈਅਰਸ 'ਚ ਉਸ ਸਿਸਟਮ ਨੂੰ ਹੋਰ ਇੰਪਰੂਵ ਕਰਤੇ ਗਏ। ਸੋ ਹੁਣ CRS ਸਕੋਰ ਜਿਹੜਾ ਚੱਲ ਰਿਹਾ ਸੀ ਉਹ ਇੱਕ ਟਾਈਮ 'ਚ ਤਾਂ 350 'ਤੇ ਵੀ PR ਆ ਰਹੀ ਸੀ, ਫਿਰ 400 'ਤੇ PR ਆ ਰਹੀ ਸੀ, ਫਿਰ 450 'ਤੇ PR ਆ ਰਹੀ ਸੀ, ਫਿਰ ਇੰਨਾ ਹਾਈ ਕੁਆਲਿਟੀ ਐਪਲੀਕੇਸ਼ਨ ਜਾਣ ਲੱਗ ਗਿਆ ਕੈਨੇਡਾ ਕੋਲ ਕਿ 550 'ਤੇ PR ਆ ਰਹੀ ਸੀ। ਸੋ ਸਕੋਰ ਲੋਕ ਹੀ ਖਿੱਚ ਕੇ 550 'ਤੇ ਲੈ ਗਏ, ਪਰ ਵਧੀਆ ਗੱਲ ਇਹ ਹੈ ਕਿ ਅੱਜ ਦੀ ਡੇਟ 'ਚ ਉਹ ਸਕੋਰ ਜਿਹੜਾ ਹੈਗਾ ਉਹ 510 'ਤੇ ਆ ਗਿਆ ਜਨਰਲ ਕੈਟੇਗਰੀ ਦਾ। ਜਨਰਲ ਕੈਟੇਗਰੀ ਦਾ ਕਿਆ ਕਹਿੰਦੇ ਆ ਉਹ ਜਿਹੜਾ ਸਕੋਰ ਹੈ ਉਹ 500 'ਤੇ ਆ ਗਿਆ।
ਮੈਂ ਉਸ ਚੀਜ਼ ਨੂੰ ਕਹਿਣਾ ਚਾਹਾਂਗਾ ਕਿ ਉਹ ਅੱਜ ਕੱਲ੍ਹ ਦੇਖੋ 510 'ਤੇ ਆਇਆ ਹੋਇਆ, ਇਹ ਇੱਕ ਖੁਸ਼ੀ ਦੀ ਗੱਲ ਹੈ। ਫਿਰ ਹੁਣ ਸਾਡੇ ਬੱਚੇ ਜਿਹੜੇ ਹੈਗੇ ਆ, ਅੱਜ ਅਸੀਂ ਗੱਲ ਕਰਦੇ ਹਾਂ ਕਿ ਸਟੂਡੈਂਟਸ ਕਹਿੰਦੇ ਆ ਕਿ PR ਨਹੀਂ ਹੋ ਰਹੀ, ਪਰ ਮੈਂ ਤੁਹਾਨੂੰ ਨਾਲ ਉੱਦਣ ਵੀ ਡਿਸਕਸ ਕੀਤਾ ਗੱਲਾਂ ਜੀ ਕਿ ਬੱਚੇ ਇੱਕ ਪਾਸੇ ਤਾਂ ਕਹਿ ਰਹੇ PR ਨਹੀਂ ਹੋ ਰਹੀ, ਪਰ ਦੂਜੇ ਪਾਸੇ ਬੱਚੇ ਫਾਈਨਲ ਨਹੀਂ ਲਾ ਰਹੇ ਆਪਣੀ PR ਲਈ। ਪ੍ਰਭਜੋਤ ਜੀ 60 PTE SDS ਕੇਸ ਹੈ, 74% ਨੰਬਰ ਵਧੀਆ ਹੈ, ਬਹੁਤ ਵਧੀਆ ਚਾਂਸ ਹੈ ਵੀਜ਼ੇ ਦਾ, ਕੋਈ ਪ੍ਰੋਬਲਮ ਨਹੀਂ ਹੈਗੀ। ਸਪੇਨ 'ਚ ਵਰਕ ਨਹੀਂ ਅਲਾਊਡ ਹੈਗਾ ਸਟੱਡੀ ਦੇ ਨਾਲ, ਔਰ ਸਪੇਨ ਦਾ ਸਟੱਡੀ ਵੀਜ਼ਾ ਮਿਲਣਾ ਵੀ ਬੇਟਾ ਔਖਾ ਹੈ। ਅਤੇ ਮਾਸਟਰਸ ਲਈ ਤੁਸੀਂ IBU ਜਾ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਆਸਟ੍ਰੇਲੀਆ ਮੈਂ ਤੁਹਾਨੂੰ ਸਵਾਲ ਸਮਝ ਨਹੀਂ ਆਇਆ ਕਿ ਪੋਸਟ ਸਟੱਡੀ ਵਰਕ ਵੀਜ਼ਾ ਮਿਲੇਗਾ ਸ਼ਫਰੂਦੀਨ, ਮਿਲੇਗਾ ਚਾਹੇ ਆਪ 1.5 ਸਾਲ ਕੀ ਕਰ ਰਹੇ ਹੋ। 59 ਪੇ ਵੀ ਅੱਛੇ ਚਾਂਸਿਸ ਹੈ ਆਪਕੇ ਵੀਜ਼ਾ ਕੇ। UK ਕੇ ਲਈ 55 ਸੇ ਕਾਫੀ ਯੂਨੀਵਰਸਿਟੀਜ਼ ਐਕਸੈਪਟ ਕਰਨਾ ਸ਼ੁਰੂ ਕਰ ਦਿੱਤੀ ਹੈ, ਪਰ ਨਾਰਮਲੀ ਸਭ ਕੀ ਅਗਰ ਅੱਛੀ ਯੂਨੀਵਰਸਿਟੀ ਦੇਖ ਰਹੇ ਹੋ ਤਾਂ 58 ਐਂਡ ਅਬਵ PTE ਮੇ ਸਕੋਰ ਚਾਹੀਏ ਹੋਗਾ। ਸੋ ਜਿਹੜੀ ਅਸੀਂ CRS ਸਕੋਰ ਦੀ ਰੈਂਕ ਦੇਖੀਏ ਕਿ ਕਿੰਨੇ ਕਿੰਨੇ ਸਕੋਰ ਤੇ ਜਾ ਰਿਹਾ ਹੈ, ਉਹ ਅੱਜ ਦੀ ਡੇਟ 'ਚ ਸਰ ਜਿਹੜਾ ਲਾਸਟ ਡਰਾ ਹੁਣ ਆਇਆ 27 ਅਗਸਤ ਨੂੰ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਆਇਆ, ਜਿਨ੍ਹਾਂ ਕੋਲ ਕੈਨੇਡਾ ਦਾ ਐਕਸਪੀਰੀਅੰਸ ਹੈਗਾ 27 ਅਗਸਤ ਨੂੰ ਉਹਦਾ ਡਰਾ ਆਇਆ, ਔਰ ਉਹਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਉਹਦੇ ਵਿੱਚ ਉਹਨਾਂ ਨੇ 3300 ਲੋਕਾਂ ਨੂੰ PR ਦਿੱਤੀ ਹੈ, 3300 ਲੋਕਾਂ ਨੂੰ PR ਦਿੱਤੀ ਹੈ, ਔਰ ਉਹਦੇ ਵਿੱਚ ਜਿਹੜਾ ਇਹ ਨੰਬਰ ਹੈ ਸਰ ਘਟਦਾ ਹੀ ਜਾ ਰਿਹਾ, ਪਹਿਲਾਂ ਇਹ 650 ਤੇ ਪਹੁੰਚ ਗਿਆ ਸੀ ਔਰ 507 ਤੇ ਆਇਆ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾ ਜਿਹੜਾ 27 ਅਗਸਤ ਨੂੰ ਆਇਆ। 26 ਅਗਸਤ ਨੂੰ ਵੀ ਡਰਾ ਆਇਆ ਪ੍ਰੋਵਿੰਸ਼ੀਅਲ ਨੋਮੀਨੀਜ਼ ਦਾ, ਜਿਹਨਾਂ ਕੋਲ 600 ਪੁਆਇੰਟ ਦੀ PNP ਪ੍ਰੋਗਰਾਮ 'ਚ ਜਿਹਨਾਂ ਕੋਲ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਹੁੰਦੀ ਹੈ। ਹੁਣ ਸਰ ਜਿਹੜਾ 15 ਅਗਸਤ ਨੂੰ ਡਰਾ ਆਇਆ ਫ੍ਰੈਂਚ ਲੈਂਗੁਏਜ ਵਾਲਿਆਂ ਦਾ, ਉਹ 394 ਤੇ ਆਇਆ, 394 ਤੇ। ਸੋ 394 ਤੇ ਫਰੈਂਕੋਫੋਨ ਸਪੀਕਰਸ ਦਾ ਰਿਜ਼ਲਟ ਆਇਆ। ਸੋ ਬੱਚੋ ਜੇ ਅੱਜ ਕਿਸੇ ਨੇ ਇੱਥੋਂ ਮਾਸਟਰਸ ਕੀਤੀ ਹੈ, 3 ਸਾਲ ਦਾ ਐਕਸਪੀਰੀਅੰਸ ਹੈ, ਫ੍ਰੈਂਚ ਸਿੱਖ ਲਓ, 1 ਮਹੀਨੇ ਦੇ ਅੰਦਰ ਅੰਦਰ PR ਦੀ ਫਾਈਲ ਲੱਗੀ ਹੋਊਗੀ, 62 ਪੁਆਇੰਟ ਐਕਸਟਰਾ ਮਿਲਦੇ ਆ ਫ੍ਰੈਂਚ ਦੇ, ਔਰ 62 ਪੁਆਇੰਟ ਨਾਲ ਤੁਸੀਂ PR ਅਪਲਾਈ ਕਰ ਸਕਦੇ ਹੋ। ਮਾਸਟਰਸ 3 ਸਾਲ ਦਾ ਐਕਸਪੀਰੀਅੰਸ ਨਾਲ ਫ੍ਰੈਂਚ ਸਿੱਖ ਲਓ। ਥੈਂਕ ਯੂ ਸ਼ੀਨਾ। ਐਂਡ ਕੀ ਕਹਿੰਦੇ ਆ, ਫਿਰ ਅਸੀਂ ਗੱਲ ਕਰਦੇ ਹਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ, ਇੱਕ ਹੋਰ ਡਰਾ ਆਇਆ 14 ਅਗਸਤ ਨੂੰ, ਪ੍ਰੋਵਿੰਸ਼ੀਅਲ ਨੋਮੀਨੀਜ਼ ਦਾ ਡਰਾ ਆਇਆ, ਔਰ ਹੈਲਥ ਕੇਅਰ ਓਕੂਪੇਸ਼ਨਸ ਯਾਨੀ ਕਿ ਜਿਹੜੇ ਹੈਲਥ ਕੇਅਰ ਦੀ ਫੀਲਡ ਵਿੱਚ ਕੰਮ ਕਰਦੇ ਆ ਉਹਨਾਂ ਦਾ ਜਿਹੜਾ ਡਰਾ ਆਇਆ ਸੀ ਉਹ ਆਇਆ ਸੀ 445 ਤੇ ਸਰ, ਵਿਚ ਇਜ਼ ਆਲਸੋ ਕੁਆਇਟ ਲੋ CRS ਸਕੋਰ। ਔਰ ਫਿਰ ਟ੍ਰੇਡਸ ਐਂਡ ਓਕੂਪੇਸ਼ਨ, ਜਿਹੜੇ ਆਪਣੇ ਟ੍ਰੇਡਸ 'ਚ ਕੰਮ ਕਰਦੇ ਆ, ਮਕੈਨੀਕਲ ਇੰਜੀਨੀਅਰ, ਆਟੋਮੋਬਾਈਲ ਇੰਜੀਨੀਅਰ, ਮਾਈਨਿੰਗ ਇੰਜੀਨੀਅਰ, ਟਰੱਕ ਟੈਕਨੀਸ਼ੀਅਨ, ਜਿੰਨੇ ਵੀ ਟੈਕਨੀਸ਼ੀਅਨ ਹੈਗੇ ਆ ਟ੍ਰੇਡਸ ਦੇ ਸਰ, ਉਹਨਾਂ ਦਾ ਡਰਾ ਆਇਆ 436 CRS ਸਕੋਰ ਤੇ। ਔਰ ਜਿਹੜਾ ਜਨਰਲ ਡਰਾ ਆਇਆ ਸੀ ਉਹ 529 ਤੇ ਆਇਆ ਸੀ, 529 ਸਕੋਰ ਤੇ ਜਨਰਲ ਡਰਾ ਆਇਆ ਸੀ। ਔਰ ਟਰਾਂਸਪੋਰਟ ਓਕੂਪੇਸ਼ਨ ਤੇ ਜਿਹੜੇ ਟਰੱਕ ਡਰਾਈਵਰਸ ਹੈਗੇ ਆ ਉਹਨਾਂ ਦਾ ਜਿਹੜਾ ਡਰਾ ਆਇਆ ਸੀ ਉਹ ਆਇਆ ਸੀ 430 ਤੇ। ਹੁਣ ਪ੍ਰੋਬਲਮ ਇਹ ਹੈ ਕਿ ਸਾਡੇ ਕੈਨੇਡਾ ਆਫ ਵਿੱਚ ਵੀ ਬਹੁਤ ਸਾਰੀ ਕੁਐਰੀ ਆਈ, ਹੁਣ ਜਿੰਨੇ ਆਪਣੇ ਟਰੱਕ ਚਲਾ ਰਹੇ ਆ ਨਾ ਸਰ ਉੱਥੇ ਕੈਨੇਡਾ 'ਚ, ਉਹਨਾਂ ਕੋਲ ਕਾਗਜ਼ ਨਹੀਂ ਹੈਗੇ, ਉਹਨਾਂ ਦਾ ਇੰਪਲੋਇਰ ਉਹਨਾਂ ਨੂੰ ਕਾਗਜ਼ ਨਹੀਂ ਦਿੰਦਾ। ਠੀਕ ਹੈ, ਇੱਕ ਪਾਸੇ ਤਾਂ ਆਪਾਂ ਕਹਿੰਦੇ ਆਪਾਂ PR ਚਾਹੀਦੀ ਆਪਾਂ ਨੂੰ, ਦੂਜੇ ਪਾਸੇ ਆਪਾਂ ਕਹਿੰਦੇ ਹਾਂ ਕਿ ਆਪਾਂ ਨੂੰ ਕਾਗਜ਼ ਮਿਲੇ ਨਹੀਂ ਅਤੇ ਆਪਾਂ PR ਦੀ ਫਾਈਲ ਲਾਈ ਨਹੀਂ। ਹੁਣ ਮੇਰੇ ਦਾ ਹਿਸਾਬ ਨਾਲ ਜਿਹੜੇ ਬੱਚੇ, ਇੱਕ ਤਾਂ ਪਹਿਲੀ ਗੱਲ ਹੈ ਜਿਹੜੇ ਬੱਚੇ ਉੱਥੇ ਕਹਿ ਰਹੇ ਆ ਕਿ ਸਾਡੀ PR ਹੋਈ ਨਹੀਂ ਔਰ ਸ਼ਾਇਦ ਕੈਨੇਡਾ ਸਾਨੂੰ ਵਾਪਸ ਭੇਜ ਦੇ, ਸ਼ਾਇਦ, ਮੈਂ ਇਹ ਨਹੀਂ ਕਹਿ ਰਿਹਾ ਕੈਨੇਡਾ ਵਾਪਸ ਭੇਜੇਗਾ,
ਪਰ ਸ਼ਾਇਦ ਉਹਨਾਂ ਬੱਚਿਆਂ ਨੂੰ ਕੈਨੇਡਾ ਵਾਪਸ ਭੇਜ ਦੇ ਤਾਂ ਉਹ ਬੱਚਿਆਂ ਨੂੰ ਇਹ ਪੁੱਛਣਾ ਚਾਹੀਦਾ ਕਿ ਤੁਸੀਂ ਜਿਹੜੇ ਇੰਨੇ ਡਰਾਜ਼ ਆਏ ਆ ਉਹਨਾਂ ਵਿੱਚ ਅੱਧੇ ਬੱਚਿਆਂ ਨੂੰ ਮੈਂ ਸ਼ਰਤੀ ਕਹਿ ਸਕਦਾ ਸਰ ਅੱਜ ਤੱਕ ਆਪਣੀ ਫਾਈਲ ਨਹੀਂ ਲਾਈ, ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨਹੀਂ ਬਣਾਈ। ਦੇਖੋ ਕੈਨੇਡਾ ਅਗਰ ਆਪ ਪੀ ਆਰ ਹੋ ਸੂਰਜ ਤੋ ਆਪਕੋ ਸਿਟੀਜ਼ਨਸ਼ਿਪ ਲੈ ਲੈਣੀ ਚਾਹੀਏ, ਔਰ ਸਿਟੀਜ਼ਨਸ਼ਿਪ ਕੇ ਬਾਅਦ ਆਪ ਕਿਆ ਕਹਤੇ ਹੈ ਯੂ ਐਸ ਏ ਜਾ ਕੇ ਕਾਮ ਕਰ ਸਕਤੇ ਹੋ। ਅਗਰ ਆਪ ਕੈਨੇਡਾ ਪੀ ਆਰ ਹੋ ਤੋ ਆਪ ਯੂ ਐਸ ਏ ਸਟੱਡੀ ਵੀਜ਼ਾ ਲੈਣਾ ਚਾਹਤੇ ਹੋ ਤੋ ਆਪਕੋ ਇੰਡੀਆ ਆਉਣਾ ਪੜੇਗਾ ਜਾਂ ਕੈਨੇਡਾ ਮੇਂ ਦੁਬਾਰਾ ਇੰਟਰਵਿਊ ਕੇ ਲੀਏ ਪੇਸ਼ ਹੋਣਾ ਪੜੇਗਾ ਯੂ ਐਸ ਏ ਸਟੱਡੀ ਵੀਜ਼ਾ ਲੈਣੇ ਕੇ ਲੀਏ, ਔਰ ਗ੍ਰੀਨ ਕਾਰਡ ਮਿਲੇਗਾ ਨਹੀਂ ਮਿਲੇਗਾ ਕੋਈ ਗਰੰਟੀ ਨਹੀਂ ਹੈ, ਕਿਉਂਕਿ ਯੂ ਐਸ ਏ ਗ੍ਰੀਨ ਕਾਰਡ ਕੀ ਕੋਈ ਪਾਲਿਸੀ ਨਹੀਂ ਹੈ। ਪਰ ਅਗਰ ਆਪ ਕੈਨੇਡਾ ਕੇ ਸਿਟੀਜ਼ਨ ਹੋ ਤੋ ਆਪਕੋ ਗ੍ਰੀਨ ਕਾਰਡ ਚਾਹੀਏ ਹੀ ਨਹੀਂ ਹੈ, ਅਗਰ ਆਪਕੇ ਪਾਸ ਕੈਨੇਡੀਅਨ ਪਾਸਪੋਰਟ ਹੈ ਤੋ ਆਪਕੋ ਗ੍ਰੀਨ ਕਾਰਡ ਚਾਹੀਏ ਹੀ ਨਹੀਂ ਹੈ, ਆਪ ਵਹਾਂ ਪੇ ਲੀਗਲੀ ਜਾ ਕੇ ਕਾਮ ਕਰ ਸਕਤੇ ਹੋ, ਜਸਟ ਇੱਕ ਇਮੀਗ੍ਰੇਸ਼ਨ ਕੋ ਆਪਣੇ ਇੰਪਲੋਇਰ ਸੇ ਚਿੱਠੀ ਭਿਜਵਾਨੀ ਹੋਤੀ ਹੈ। ਆਈ ਨੋ ਮੈਨੀ ਪੀਪਲ ਜੋ ਕੈਨੇਡੀਅਨ ਸਿਟੀਜ਼ਨ ਹੈ ਬਟ ਦੇ ਆਰ ਵਰਕਿੰਗ ਇਨ ਯੂ ਐਸ। ਸੋ ਇੱਕ ਹੋਰ ਸਰ ਮੈਂ ਅਨਾਲਿਸਿਸ ਕੀਤਾ ਹੈ ਕਿ ਆਪਣੇ ਬੱਚੇ ਤਾਂ ਕਹਿ ਰਹੇ ਹਾਂ ਅਸੀਂ 10 ਤੋਂ 12 ਲੱਖ ਕੱਚੇ ਬੱਚੇ ਬੈਠੇ ਹਾਂ ਉੱਥੇ, ਓਵਰਆਲ ਵਰਲਡ ਦੇ ਕੱਚੇ ਬੈਠੇ ਹਾਂ ਬੱਚੇ ਜਿਨ੍ਹਾਂ ਕੋਲ ਪੀ ਆਰ ਨਹੀਂ ਹੈਗੀ ਕੈਨੇਡਾ ਦੀ, ਬਟ ਜਿਹੜਾ ਸੀ ਆਰ ਐਸ ਪੂਲ ਹੈਗਾ ਜੇ ਤੁਸੀਂ ਆਪਾਂ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਸਾਈਟ ਤੇ ਜਾਂਦੇ ਹਾਂ ਉੱਥੇ ਦੇਖੋ ਕਿ ਸੀ ਆਰ ਐਸ ਪੂਲ ਚ ਕਿੰਨੀਆਂ ਫਾਈਲਾਂ ਹਲੇ ਪੈਂਡਿੰਗ ਪਈਆਂ, 2,05,000 ਫਾਈਲਾਂ ਪਈਆਂ। ਯਾਨੀ ਕਿ ਜੇ 10 ਲੱਖ ਬੱਚਾ ਕੱਚਾ ਕੈਨੇਡਾ ਚ ਤਾਂ 8 ਲੱਖ ਬੱਚੇ ਨੇ ਫਾਈਲ ਹੀ ਲਈ ਅੱਜ ਤੱਕ, ਉਹ ਐਲੀਜੀਬਲ ਹੀ ਨਹੀਂ ਹੈਗਾ ਇਹ ਮੰਨ ਲਈਏ ਆਪਾਂ। ਨਹੀਂ ਸਰ ਐਲੀਜੀਬਲ ਨਹੀਂ ਹੈਗਾ, ਉਹਨੂੰ ਨੌਲੇਜ ਨਹੀਂ ਹੈਗੀ, ਨੌਲੇਜ ਨਹੀਂ ਹੈਗੀ, ਨੌਲੇਜ ਨਹੀਂ ਹੈ ਸਰ ਉਹਨੂੰ। ਦੇਖੋ ਟਰੱਕ ਵਾਲੇ ਬੰਦਿਆਂ ਨੂੰ ਵੀ ਪੀ ਆਰ ਮਿਲ ਰਹੀ ਹੈ, ਹੈਲਥ ਕੇਅਰ ਨੂੰ ਵੀ ਜਲਦੀ ਪੀ ਆਰ ਮਿਲ ਰਹੀ ਹੈ, ਟ੍ਰੇਡ ਟੈਕਨੀਸ਼ੀਅਨ ਚ ਵੀ ਪੀ ਆਰ ਮਿਲ ਰਹੀ ਹੈ। ਉਹ ਕੀ ਹੁੰਦਾ ਕਿਸੇ ਐਸੇ ਕੰਸਲਟੈਂਟ ਕੋ ਜਾਂਦਾ, ਉਹਦਾ ਉਹਨੂੰ ਸੀ ਆਰ ਐਸ ਸਕੁਅਰ ਤਾਂ ਉਹਦਾ ਕੈਲਕੂਲੇਟ ਨਹੀਂ ਕਰਦਾ, ਉਹ ਕੰਸਲਟੈਂਟ ਉਹਨੂੰ ਐਲ ਐਮ ਆਈ ਏ ਵੇਚਣ ਲੱਗ ਜਾਂਦਾ, ਉਹਨੂੰ ਕਹਿੰਦਾ ਤੂੰ ਟਾਰੀਓ ਬੈਠਾ ਤੂੰ ਇੱਧਰ ਚਲੇ ਜਾ, ਤੂੰ ਉੱਧਰ ਚਲੇ ਜਾ। ਉਹ ਪਹਿਲਾਂ ਇਹਦਾ ਸੀ ਆਰ ਐਸ ਸਕੋਰ ਤਾਂ ਕੈਲਕੂਲੇਟ ਕਰ ਲਓ ਕਿ ਉਹ ਐਲੀਜੀਬਲ ਹੀ ਹੋਵੇ। ਸੋ ਕੀ ਕਹਿੰਦੇ ਆ, ਮੈਂ ਸਾਰਿਆਂ ਨੂੰ ਇਹੀ ਗਾਈਡ ਕਰਾਂਗਾ ਕਿ ਇੱਕ ਆਪਾਂ ਮਾੜੇ ਕੰਸਲਟੈਂਟ ਕੋਲ ਜਦੋਂ ਆਪਾਂ ਫਾਈਲ ਲਾ ਲੈਂਦੇ ਹਾਂ ਨਾ ਤਾਂ ਆਪਣਾ ਸਾਰਾ ਫਿਊਚਰ ਖਰਾਬ ਹੋ ਜਾਂਦਾ। ਜਿਵੇਂ ਕਿ ਅਸੀਂ ਉਦਣ ਵੀ ਡਿਸਕਸ ਕੀਤਾ ਸੀ ਕਿ ਜਿਹੜੇ ਸਾਡੇ ਬੱਚੇ ਪਬਲਿਕ ਕਾਲਜਿਸ 'ਚ ਗਏ ਆ ਪੜ੍ਹ ਰਹੇ ਨੇ ਉਹਨਾਂ ਨੂੰ ਮੇਰੇ ਹਿਸਾਬ ਨਾਲ ਕੋਈ ਪ੍ਰੋਬਲਮ ਨਹੀਂ ਆ ਰਹੀ। ਔਰ ਮੈਂ ਕਿਸੇ ਨੂੰ ਇਹ ਨਹੀਂ ਕਿਹਾ ਕਿ ਬੇਟਾ ਏਅਰਪੋਰਟ ਤੋਂ ਉੱਤਰਦਿਆਂ ਹੀ ਤੁਹਾਨੂੰ ਕੀ ਕਹਿੰਦੇ ਆ ਕੰਮ ਮਿਲ ਜਾਏਗਾ, ਕੰਮ ਕਿਤੇ ਵੀ ਨਹੀਂ ਮਿਲੇਗਾ, ਕਿਤੇ ਵੀ ਨਹੀਂ ਮਿਲੇਗਾ, ਆਸਟ੍ਰੇਲੀਆ ਵੀ ਨਹੀਂ ਮਿਲੇਗਾ, ਜਰਮਨੀ ਵੀ ਨਹੀਂ ਮਿਲੇਗਾ, ਯੂਕੇ ਵੀ ਨਹੀਂ ਮਿਲੇਗਾ, ਯੂ ਐਸ ਏ ਵੀ ਨਹੀਂ ਮਿਲੇਗਾ, ਏਅਰਪੋਰਟ ਤੋਂ ਉੱਤਰਦਿਆਂ ਨਹੀਂ ਮਿਲੇਗਾ। ਪੈਸੇ ਕਿੱਦਾਂ ਦੱਸਦੀ ਹੈ, ਇਹੀ ਤਾਂ ਪ੍ਰੋਬਲਮ ਹੈ ਆਪਣੀ। ਹਰਦੇਵ ਸਿੰਘ ਜੀ ਪੁੱਛਦੇ ਜਰਮਨ ਬਾਰੇ ਦੱਸੋ, ਪਹਿਲਾਂ ਤਾਂ ਜਰਮਨ ਦੇ ਤੁਹਾਡੇ ਸਪੈਲਿੰਗ ਗਲਤ ਹੈ, ਜਰਮਨੀ ਜਰਮਨੀ ਠੀਕ ਹੈ। ਦੂਸਰੀ ਚੀਜ਼ ਹੈ ਪੈਸੇ ਨਹੀਂ, ਅਸੀਂ ਪੈਸੇ ਨਹੀਂ ਲੈਂਦੇ, ਕਾਲਜ ਲਏਗਾ ਪੈਸੇ। ਦੂਸਰੀ ਚੀਜ਼, ਤੀਸਰੀ ਚੀਜ਼ ਹਰਦੇਵ ਜੀ ਆਪਾਂ ਗੱਲ ਕਰੀਏ ਕਿ ਜਰਮਨੀ 'ਚ ਆਪਾਂ ਨੂੰ ਆਈਲੈਟਸ ਚਾਹੀਦੀ, ਅੱਜ ਦੀ ਰੇਟ 'ਚ 5.5 ਬੈਂਡ ਚਾਹੀਦੇ ਆਪਾਂ ਨੂੰ ਜਰਮਨੀ 'ਚ। ਜੇ ਪੀ ਟੀ ਕੀਤੀ ਹੈ ਤਾਂ ਪੀ ਟੀ 'ਤੇ ਵੀ ਜਰਮਨੀ ਜਾ ਸਕਦੇ, ਪੀ ਟੀ 52 ਦੇ ਨਾਲ ਜਰਮਨੀ 'ਚ ਫਾਈਲ ਲਗਾ ਸਕਦੇ। ਉਹ 'ਚ ਬਲੋਕਡ ਅਕਾਊਂਟ ਖੁੱਲ੍ਹਦਾ ਜਿਹਦੇ 'ਚ 11 ਲੱਖ ਰੁਪਈਆ ਜਮ੍ਹਾਂ ਹੁੰਦਾ, ਉਹ ਤੁਹਾਡਾ ਹੀ ਪੈਸਾ। ਜਿਵੇਂ ਜੀ ਆਈ ਸੀ ਖੁੱਲ੍ਹਦਾ ਉਵੇਂ ਜਰਮਨੀ 'ਚ ਬਲੋਕਡ ਅਕਾਊਂਟ ਖੁੱਲ੍ਹਦਾ, ਉਹ 'ਚ 11 ਲੱਖ ਰੁਪਈਆ ਜਮ੍ਹਾਂ ਹੁੰਦਾ ਪਲੱਸ ਫੀਸ ਹੁੰਦੀ ਹੈ। ਹਰ ਯੂਨੀਵਰਸਿਟੀ ਦੀ ਫੀਸ ਅੱਡ ਅੱਡ ਹੈਗੀ ਹੈ, 7 ਲੱਖ ਤੋਂ ਲੈ ਕੇ 9 ਲੱਖ ਦੇ ਵਿੱਚ ਸਲਾਨਾ ਫੀਸ ਹੈ। ਵਰਕ ਅਲਾਊਡ ਹੈ ਕੰਮ ਦੇ ਨਾਲ, ਔਰ ਪੜ੍ਹਾਈ ਕਰਨ ਤੋਂ ਬਾਅਦ 2.5 ਸਾਲ ਤੱਕ ਦਾ ਵਰਕ ਵੀਜ਼ਾ ਮਿਲਦਾ।
ਆਪਣੀ ਪ੍ਰੋਬਲਮ ਇਹੀ ਹੈ ਹਰਦੇਵ ਜੀ, ਜਦੋਂ ਆਪਾਂ ਕਿਸੇ ਕੰਸਲਟੈਂਟ ਕੋਲ ਜਾਂਦੇ ਹਾਂ, ਔਰ ਇਹ ਪੈਸਾ ਸਾਰਾ ਤੁਸੀਂ ਯੂਨੀਵਰਸਿਟੀ ਨੂੰ ਦੇਣਾ ਹੈ, ਬਲੋਕਡ ਅਕਾਊਂਟ ਖਾਤਾ ਅਸੀਂ ਖੋਲ੍ਹ ਦਾਂਗੇ, ਤੁਹਾਡੇ ਨਾਮ 'ਤੇ ਖਾਤਾ ਹੋਏਗਾ, ਉਹ 'ਚ ਪੈਸੇ ਜਮ੍ਹਾਂ ਕਰਾਉਣੇ ਹੈ। ਹੁਣ ਕੋਈ ਕੰਸਲਟੈਂਟ ਕਹੇਗਾ ਨਾ ਸਾਨੂੰ 15 ਲੱਖ ਰੁਪਈਆ ਦੇ ਦਿਓ ਜੀ, ਆਪਾਂ ਨੂੰ ਬੜਾ ਵਧੀਆ ਲੱਗੇਗਾ ਕਿ ਵੀਜ਼ੇ ਤੋਂ ਬਾਅਦ ਦੇ ਦਿਓ। ਸਹੀ ਗੱਲ ਹੈ। ਉਹਦੇ 'ਚ ਉਹਨੇ 2 ਲੱਖ ਤੁਹਾਡੀ ਫੀਸ ਦੇਣੀ ਹੈ, 13 ਲੱਖ ਆਪਣੀ ਜੇਬ 'ਚ ਪਾ ਲੈਣਾ, ਬਲੋਕਡ ਅਕਾਊਂਟ 'ਤੇ 11 ਲੱਖ ਵੀ ਤੁਹਾਡੇ ਤੋਂ ਪਵਾ ਦੇਣੇ ਹੈ। ਪਰ ਆਪਾਂ ਨੂੰ ਲੱਗੇਗਾ ਯਾਰ ਇਹ ਬੰਦਾ ਠੀਕ ਹੈ। ਪਰ ਦੇਖੋ ਮੇਰੀ ਸਾਰਿਆਂ ਨੂੰ ਐਡਵਾਈਸ ਹੈ, ਜਿਹੜਾ ਪੈਕੇਜ ਵਾਲਾ ਚੀਜ਼ ਹੈ ਨਾ, ਆਪਾਂ ਸਾਰੀਆਂ ਚੀਜ਼ਾਂ ਸਿੱਖ ਗਏ ਹਾਂ, ਕੋਈ ਪੁਲਿਸ ਵਾਲਾ ਵੀ ਹੁੰਦਾ ਨਾ, ਪੁਲਿਸ ਵਾਲਾ ਵੀ ਆਉਂਦਾ, ਆਪਾਂ ਉਹਨੂੰ ਵੀ ਗੱਲਾਂ, ਉਹਨੂੰ ਵੀ 4 ਗੱਲਾਂ ਸੁਣਾ ਕੇ ਭੇਜ ਦਿੰਦੇ ਹਾਂ, ਆਪਾਂ ਸਾਰੀਆਂ ਚੀਜ਼ਾਂ ਸਮਝ ਗਏ ਹਾਂ। ਆ ਜਿਹੜੀ ਏਜੰਟ ਸਾਡੇ ਨਾਲ ਧੋਖੇਦਾਰੀ ਕਰ ਰਹੇ ਆ, ਰੋਜ਼ ਅਖਬਾਰ 'ਚ ਆ ਰਿਹਾ ਫਰੋਡ ਹੋ ਰਿਹਾ, ਫਰੋਡ ਹੋ ਰਿਹਾ, ਤਾਂ ਉਹਨਾਂ ਨੂੰ ਕੀ ਕਹਿੰਦੇ ਆ, ਅੱਜ ਕੀ ਕਹਿੰਦੇ ਆ, ਸਾਡੀ ਜਿੰਨੀ ਗਲਤੀ ਉਸ ਏਜੰਟ ਦੀ ਹੈਗੀ ਹੈ ਨਾ, ਉਨੀ ਗਲਤੀ ਸਾਡੀ ਵੀ ਹੈ। ਸਾਡੇ ਕੋਲ ਪੈਸੇ ਨਹੀਂ ਹੈਗੇ ਫੰਡ ਸ਼ੋਅ ਕਰਾਉਣ ਲਈ, ਆਪਾਂ ਕਹਿੰਦੇ ਏਜੰਟ ਸ਼ੋਅ ਕਰਾ ਦੇ। ਅੱਜ ਦੀ ਡੇਟ 'ਚ ਜਿਹੜੇ ਅੰਬੈਸੀਜ ਹੈ, ਜਦੋਂ ਏਜੰਟ ਪੈਸੇ ਸ਼ੋਅ ਕਰਦਾ ਤਾਂ 90% ਰਿਫਿਊਜ਼ਲ ਹੈ, ਇੱਕ ਬੱਚਾ ਤੀਰ ਤੁੱਕੇ 'ਚ ਨਿਕਲ ਜੇ। ਜਰਮਨੀ 'ਚ ਸਟੱਡੀ ਉਹਦੇ ਵਾਸਤੇ ਫ੍ਰੀ ਹੈ ਜਿਹੜਾ ਸੀ ਲੈਵਲ ਲੈਂਗੁਏਜ, ਡੱਚ ਲੈਂਗੁਏਜ ਦਾ ਪੇਪਰ ਕਲੀਅਰ ਕੀਤਾ ਹੋਇਆ। ਜਰਮਨੀ 'ਚ ਉਹਦੀ ਸਟੱਡੀ ਫ੍ਰੀ ਹੈ, ਉਹ ਆਪਣੇ ਪੰਜਾਬ 'ਚ ਕਰਨਾ ਥੋੜ੍ਹਾ ਮੁਸ਼ਕਿਲ ਹੈ, ਨਹੀਂ ਤਾਂ ਜੇ ਇੰਗਲਿਸ਼ 'ਚ ਪੜ੍ਹੋਗੇ ਤਾਂ ਫੀਸ ਦੇਣੀ ਪੈਂਦੀ ਹੈ। ਬਿਲਕੁਲ ਜੀ। ਸੋ ਬਹੁਤ ਹੀ ਮਹੱਤਵਪੂਰਨ ਗੱਲਬਾਤ ਤੁਸੀਂ ਸਾਂਝੀ ਕੀਤੀ ਹੈ ਜਸਮੀਤ ਜੀ। ਸੋ ਮੈਨੂੰ ਲੱਗਦਾ ਹੈ ਕਾਫੀ ਵੱਡੀ ਗਿਣਤੀ 'ਚ ਸਾਡੇ ਨਾਲ ਵਿਦਿਆਰਥੀ ਵੀ ਜੁੜੇ, ਮੈਨੂੰ ਲੱਗਦਾ ਇਹ ਬਹੁਤ ਫਾਇਦੇਮੰਦ ਤੁਹਾਡੀ ਜਾਣਕਾਰੀ ਹੈ ਜਿਹੜੀ। ਹਰਦੇਵ ਜੀ ਨੇ ਫਾਈਲ ਲਵਾਈ, ਸੋ ਹਰਦੇਵ ਜੀ ਮੈਂ ਪੁੱਛਦਾ ਨਹੀਂ ਕਿਹੜੇ ਕੰਸਲਟੈਂਟ ਤੋਂ ਲਵਾਈ। ਦੇਖੋ USA ਅੱਜ ਦੀ ਰੇਟ 'ਚ ਆਪਣੇ ਪੰਜਾਬ ਦੇ ਬੱਚਿਆਂ ਨੂੰ, ਜੈਨੂਇਨ ਬੱਚੇ ਵੀ ਵਿਚਾਰੇ ਰਿਫਿਊਜ਼ ਹੋ ਰਹੇ, ਮੇਰੇ ਜੈਨੂਇਨ 7-7 ਬੈਂਡ ਵਾਲੇ ਬੱਚੇ ਰਿਫਿਊਜ਼ ਕਰਤੇ ਉਹਨਾਂ ਨੇ, ਮੈਂ ਇਹ ਆਪਣੇ ਸ਼ੋਅ 'ਤੇ ਕਹਾਂਗਾ, ਮੈਂ ਐਕਸੈਪਟ ਕਰਦਾ, ਮੇਰੇ ਜੈਨੂਇਨ 7-7, 8-8 ਬੈਂਡ ਵਾਲੇ ਬੱਚੇ ਰਿਫਿਊਜ਼ ਕਰਤੇ US ਅੰਬੈਸੀ ਨੇ। ਉਹਦੇ ਪਿੱਛੇ ਇੱਕੋ ਹੀ ਰੀਜ਼ਨ ਹੈ, ਇਹ ਰੀਜ਼ਨ ਹੈ ਕਿ ਜਿਹੜੇ ਏਜੰਟ ਮਾਰਕੀਟ 'ਚ ਬੈਠੇ ਹੈ, ਜਿਹਦੀ ਮਸ਼ਹੂਰੀ ਚੱਲ ਰਹੀ ਹੈ 1 ਲੱਖ ਰੁਪਏ 'ਚ USA ਦਾ ਵੀਜ਼ਾ, 85,000 ਰੁਪਏ 'ਚ USA ਦਾ ਵੀਜ਼ਾ, ਤੁਹਾਨੂੰ ਲੱਗਦਾ ਕਿ ਅੰਬੈਸੀ ਨੂੰ ਨਹੀਂ ਪਤਾ ਕੀ ਕਰਦੇ ਆ, ਤੁਹਾਡੇ ਤੋਂ 1 ਲੱਖ ਰੁਪਈਆ, 1.5 ਲੱਖ, 2 ਲੱਖ ਲੈ ਲੈਂਦੇ ਆ, ਫੰਡ ਸ਼ੋਅ ਕਰਦੇ ਆ ਔਰ ਅੰਬੈਸੀ 'ਚ ਭੇਜ ਦਿੰਦੇ ਆ। ਸੋ ਦੇਖੋ ਅੰਬੈਸੀ ਨੂੰ ਪਤਾ ਲੱਗ ਗਿਆ ਕਿ ਪੰਜਾਬ 'ਚ ਜਿੰਨੇ ਬੱਚੇ ਆਉਂਦੇ ਆ ਸਾਰੇ ਫੰਡ ਸ਼ੋਅ ਕਰਾ ਕੇ ਆਉਂਦੇ ਆ, ਔਰ ਸਾਡੇ ਜੈਨੂਇਨ ਸਟੂਡੈਂਟ, ਲਾਇਕ ਬੱਚੇ, ਜਿਹੜੇ ਲਾਇਕ ਆ 7-7, 8-8 ਬੈਨ ਵਾਲੇ ਬੱਚੇ ਸੀ, ਉਹਨਾਂ ਨੂੰ ਵੀ ਨਹੀਂ ਵੀਜ਼ਾ ਦਿੱਤਾ ਅੰਬੈਸੀ ਨੇ। ਸੋ US ਅੰਬੈਸੀ ਨੇ ਇੱਕ ਧਾਰਨਾ ਬਣਾ ਲਈ ਆਪਣੇ ਦਿਮਾਗ 'ਚ ਕਿ ਪੰਜਾਬ ਦੇ ਬੱਚੇ ਸਾਰੇ ਫੰਡ ਸ਼ੋਅ ਕਰਾ ਕੇ ਆਉਂਦੇ ਆ, ਦੇ ਆਰ ਨੋਟ ਜੈਨੂਇਨ ਸਟੂਡੈਂਟ, ਸੋ ਵੀਜ਼ਾ USA ਦਾ ਨਹੀਂ ਆਉਣਾ, ਬਹੁਤ ਔਖਾ ਆਉਣਾ, ਬਿਕੋਜ਼ ਇੱਕ ਧਾਰਨਾ ਬਣ ਗਈ ਆ US ਅੰਬੈਸੀ ਦੇ ਦਿਮਾਗ 'ਚ। ਸੋ ਜੇ ਫੰਡ ਤੁਹਾਡੇ ਸਹੀ ਵੀ ਹੈਗੇ ਤਾਂ ਵੀ ਕਈ ਵਾਰੀ ਨਹੀਂ ਵੀਜ਼ਾ ਦੇ ਰਹੇ ਹੋ, ਕਿਉਂਕਿ ਮੈਂ ਕਹਾਂਗਾ ਹਰਦੇਵ ਜੀ ਕਿਸੇ ਹੋਰ ਕੰਟਰੀ ਲਾਈਏ ਆਪਾਂ ਜਿੱਥੇ ਦਾ ਵੀਜ਼ਾ ਆ ਸਕਦਾ। USA ਦੇ ਵੀਜ਼ੇ 'ਚ ਇੱਕ ਤਾਂ ਅਪੁਆਇੰਟਮੈਂਟ ਦੇ ਪੈਸੇ ਦਿਓ, ਫਿਰ ਅਪੁਆਇੰਟਮੈਂਟ 'ਚ ਵੇਟ ਕਰੋ, ਬੜਾ ਬੜਾ ਬੱਚਾ ਵੀ ਪਰੇਸ਼ਾਨ ਹੁੰਦਾ, ਅਸੀਂ ਵੀ ਪਰੇਸ਼ਾਨ ਹੁੰਦੇ ਹਾਂ, I-20 ਨਹੀਂ ਆਉਂਦੀਆਂ, ਅਪੁਆਇੰਟਮੈਂਟ ਨਹੀਂ ਆਉਂਦੀਆਂ, ਸਾਨੂੰ ਵੀ ਸਮੂਥ ਪ੍ਰੋਸੈਸ ਵਧੀਆ ਲੱਗਦਾ, ਸਮੂਥ ਪ੍ਰੋਸੈਸ 20-25 ਦਿਨ 'ਚ ਜਿਹੜੇ ਕੰਟਰੀ ਦਾ ਵੀਜ਼ਾ ਹੈ ਬੱਚਾ ਜਾਏ, ਬੱਚਾ ਵੀ ਖੁਸ਼, ਅਸੀਂ ਵੀ ਖੁਸ਼ ਕਿ ਬੱਚੇ ਦਾ ਕੁਛ ਨਾ ਕੁਛ ਬਣਿਆ। ਜਿਹੜਾ ਬੱਚਾ ਇੱਥੇ ਲਟਕਦਾ ਰਹੇ, ਹੁਣ ਕਈ ਬੱਚੇ ਸਾਡੇ ਕੋਲ ਆਉਂਦੇ ਆ, 1.5 ਸਾਲ ਖਰਾਬ ਹੋ ਗਿਆ, 2 ਸਾਲ ਖਰਾਬ ਹੋ ਗਿਆ, ਆਸਟ੍ਰੇਲੀਆ ਦੀ ਰਿਫਿਊਜ਼ਲ 8 ਮਹੀਨੇ ਬਾਅਦ ਆਈ, USA ਦੀ ਰਿਫਿਊਜ਼ਲ ਆ ਗਈ 2 ਵਾਰੀ। ਜਦੋਂ ਜਿਹੜੇ ਬੱਚਿਆਂ ਨੂੰ, ਜਿਹੜੇ ਕੰਸਲਟੈਂਟ ਦਾ ਕੰਮ ਕੀ ਹੈ, ਅਸੀਂ ਅੱਜ ਕੰਸਲਟੈਂਟ ਆਖਦੇ ਹਾਂ ਔਰ ਵੱਡੇ ਵੱਡੇ ਕੰਸਲਟੈਂਟ ਕਹਿੰਦੇ ਕਿ ਮੈਨੂੰ 15 ਸਾਲ ਦਾ ਐਕਸਪੀਰੀਅੰਸ ਹੈ, ਭਾਵੇਂ ਉਹਨੇ ਕਿਤੇ ਨੌਕਰੀ ਕੀਤੀ ਹੋਵੇ, ਪਰ ਉਹ ਕਹਿੰਦਾ ਮੈਨੂੰ 15 ਸਾਲ ਦਾ ਐਕਸਪੀਰੀਅੰਸ ਹੈ।
ਭਾਵੇਂ ਆਪਣਾ ਕੰਮ ਖੋਲਿਆ ਹਲੇ ਸਾਲ ਹੀ ਹੋਇਆ ਹੋਵੇ, ਉਹਨੇ ਬੋਰਡ ਲਾ ਦੇਣਾ ਮੈਂ 5000 ਵੀਜ਼ਾ ਲਵਾਏ। ਉਹ ਪਹਿਲਾਂ ਤੁਸੀਂ ਦੇਖੋ ਕਿ ਉਹ ਬੰਦਾ ਜਿਹੜੇ ਕਹਿ ਰਹੇ ਆ, ਕਲੇਮ ਕਰ ਰਹੇ ਆ ਮੈਂ ਇੰਨਾ ਕੰਮ ਕੀਤਾ, ਇੰਨਾ ਵੀਜ਼ਾ ਲਵਾਇਆ, ਕਿ ਉਹਨਾਂ ਨੇ ਆਪੇ ਲਵਾਇਆ। ਨਾਲੇ ਤੁਹਾਡੇ ਤੋਂ ਜੇ ਫੰਡ ਸ਼ੋ ਦੀ ਗੱਲ ਕਰ ਰਹੇ ਹਾਂ, ਦੇਖੋ ਇੱਕ ਕੰਸਲਟੈਂਟ ਦਾ ਕੰਮ ਕੀ ਹੈ, ਤੁਹਾਨੂੰ ਦੱਸਣਾ ਸਾਰੀ ਗੱਲ ਕਲੀਅਰ ਕਰਨੀ, ਕਿ ਜੇ ਤੁਸੀਂ USA ਜਾਂਦੇ ਹੋ ਤਾਂ ਅੰਬੈਸੀ ਨੇ ਦੇਣਾ ਵੀਜ਼ਾ। ਅੰਬੈਸੀ ਇਸ ਟਾਈਮ ਬਹੁਤ ਟਫ ਹੈ, ਪੰਜਾਬੀ ਸਟੂਡੈਂਟ 'ਤੇ ਬਹੁਤ ਜ਼ਿਆਦਾ ਟਫ ਹੈ। ਕਿਉਂ? ਕਿਉਂਕਿ ਸਾਰੇ ਫੰਡ ਸ਼ੋ ਲਾ ਕੇ ਜਾਂਦੇ ਆ, ਜਾਲੀ ਪੇਪਰ ਨਾਲ ਜਾਂਦੇ ਆ, ਔਰ ਅੰਬੈਸੀ ਨੂੰ ਚੀਜ਼ਾਂ ਸਮਝ ਆ ਗਈਆਂ, ਬਹੁਤ ਘੱਟ ਬੱਚਿਆਂ ਨੂੰ ਵੀਜ਼ਾ ਲਾ ਰਿਹਾ। ਫਿਰ ਅਸੀਂ ਗੱਲ ਕਰਦੇ ਹਾਂ UK ਬੱਚਾ ਜਾ ਰਿਹਾ, ਤੁਹਾਨੂੰ ਪਤਾ ਜੇ ਤੁਹਾਡਾ ਬੇਟਾ ਹੈਗਾ ਤਾਂ UK ਜਾ ਸਕਦਾ। UK 'ਚ ਕੰਸਟਰਕਸ਼ਨ, ਪੇਂਟ, ਲੇਬਰ ਜੋਬਸ ਆਰ ਅਵੇਲੇਬਲ, ਨੋ ਮੋਰ। ਜੇ ਤੁਸੀਂ ਕਹੋ ਕਿ ਮੈਨੂੰ ਕੋਈ ਬੱਚੇ ਨੂੰ ਕੋਈ ਸਟੋਰ 'ਤੇ ਜੋਬ ਮਿਲ ਜਾਏਗੀ ਤਾਂ ਜੀ ਬਹੁਤ ਔਖਾ। ਸੋ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਹੁਣ ਕੈਨੇਡਾ 'ਚ ਜੇ ਬੱਚਾ ਆਪਣਾ ਬ੍ਰੈਮਟਨ ਔਰ ਸਰੀ ਜਾਏਗਾ ਤਾਂ ਲੇਬਰ ਜੋਬ ਦਾ ਅਵੇਲੇਬਲ ਜੀ, ਪਰ ਜੇ ਤੁਸੀਂ ਮੈਨੂੰ ਕਹੋਗੇ ਕਿ ਮੈਨੂੰ ਅੱਛੀ ਜੋਬ ਚਾਹੀਦੀ ਹੈ, ਉਹ 4-5 ਮਹੀਨੇ ਬਾਅਦ ਮਿਲੇਗੀ। ਸਪੇਨ 'ਚ ਦੇਖੋ ਨਹੀਂ ਆਉਣਾ, ਅਪੁਆਇੰਟਮੈਂਟ ਹੀ ਨਹੀਂ ਮਿਲਣੀ। ਹਰਦੇਵ ਜੀ ਦੇਖੋ ਮੈਂ ਸਪੇਨ ਦੇ ਬਹੁਤ ਖਿਲਾਫ ਹਾਂ, ਕਿਉਂਕਿ ਮੇਰੇ 2019 'ਚ 5 ਬੱਚਿਆਂ ਨਾਲ ਸਪੇਨ 'ਚ ਬਹੁਤ ਧੱਕਾ ਹੋਇਆ ਸੀ, 8-10 ਮਹੀਨੇ ਲੱਗੇ ਰਹੇ, ਅਪੁਆਇੰਟਮੈਂਟ ਹੀ ਨਹੀਂ ਮਿਲੀ, ਬਲਕਿ ਅੰਬੈਸੀ 'ਚ ਵੀ ਫੋਨ ਕਰਾਇਆ ਤਾਂ ਵੀ ਨਹੀਂ ਅਪੁਆਇੰਟਮੈਂਟ ਦਿੱਤੀ। ਸੋ ਇਸ ਚੀਜ਼ ਤੋਂ ਵੀ ਆਪਾਂ ਬਚ ਕੇ ਰਹੀਏ, ਦੇਖੀਏ ਕਿ ਕਿਹੜਾ ਪ੍ਰੋਸੈਸ ਸਮੂਦ ਹੈ, ਕਿਹੜਾ ਪ੍ਰੋਸੈਸ ਸਮੂਦ ਨਹੀਂ ਹੈ। ਆਪਾਂ ਨੂੰ ਲਾਲਚ ਪਤਾ ਕਿਸ ਚੀਜ਼ ਦਾ ਆਉਂਦਾ? ਦੇਖੋ ਦੁੱਲਾ ਜੀ ਮੈਂ ਸਹੀ ਗੱਲ ਦੱਸਣਾ, ਲਾਲਚ ਕਿਵੇਂ ਆਉਂਦਾ, ਲਾਲਚ ਇੱਦਾਂ ਆਉਂਦਾ ਕਿ ਕੋਈ ਬੰਦਾ ਕਹਿੰਦਾ ਮੈਂ ਤੈਨੂੰ 7 ਲੱਖ ਰੁਪਏ 'ਚ ਸਪੇਨ ਭੇਜ ਦਾਂਗਾ। ਆਪਾਂ ਇਹ ਨਹੀਂ ਸੋਚਦੇ ਕਿ ਉਹ 7 ਲੱਖ ਰੁਪਈਆ ਕਿਹਦੀ ਜੇਬ 'ਚ ਜਾਣਾ, ਭਾਵੇਂ ਉਹ 7 ਲੱਖ 'ਚੋਂ 6 ਲੱਖ ਏਜੰਟ ਦੀ ਜੇਬ 'ਚ ਜਾਣਾ ਹੋਏ, ਆਪਾਂ ਨੂੰ ਲੱਗਦਾ ਯਾਰ ਘੱਟ ਪੈਸੇ ਲੈ ਰਿਹਾ। ਆਪਾਂ ਇਹ ਨਹੀਂ ਦੇਖਦੇ ਕਿ ਉਹ 'ਚ ਫੀਸ ਕਿੰਨੀ ਹੈਗੀ ਹੈ, ਆਪਾਂ ਇਹ ਨਹੀਂ ਦੇਖਦੇ ਕਿ ਉਹ ਐਡਵਾਂਸ ਕਿੰਨਾ ਮੰਗ ਰਿਹਾ। ਉਹ ਕਹਿੰਦਾ ਮੈਂ 7 ਲੱਖ 'ਚ ਸਪੇਨ ਭੇਜ ਦਾਂਗਾ, ਇੱਦਾਂ ਕਰੋ ਜੀ 2 ਲੱਖ ਜਮ੍ਹਾਂ ਕਰਾ ਲਓ। ਆਪਾਂ ਨੂੰ ਯਾਰ ਸਕੀਮ ਜਚਦੀ ਹੈ। ਉਹ ਸਪੇਨ ਦਾ ਵੀਜ਼ਾ ਜੀ ਸ਼ੋਰ ਸ਼ੋਟ ਆ, ਦੇਖੋ 10 ਵੀਜ਼ੇ ਹੁਣੇ ਲੱਗ ਕੇ ਆਏ। ਉਹ ਵੀਜ਼ੇ ਤਾਂ ਦੇਖੋ ਮੈਂ ਤੁਹਾਨੂੰ ਦੱਸਦਾ, ਜਿਹੜਾ ਅੱਜ ਕੰਸਲਟੈਂਟ ਖੁੱਲਦਾ ਨਾ, ਜਿਵੇਂ ਉਹਨੇ ਅੱਜ ਦੁਕਾਨ ਖੋਲ੍ਹੀ ਹੈ, ਉਹ ਵੀਡੀਓ ਪਾ ਰਿਹਾ ਹੁੰਦਾ ਆਪਣੇ ਟੇਬਲ 'ਤੇ ਵੀਜ਼ੇ ਰੱਖ ਕੇ, 10 ਵੀਜ਼ੇ ਆਏ, 15 ਵੀਜ਼ੇ ਆਏ, ਉਹ ਭਾਵੇਂ ਪ੍ਰਿੰਟ ਪ੍ਰੁੰਟ ਕੱਢ ਕੇ ਵੀਡੀਓ ਬਣਾਈ ਜਾਂਦੇ। ਸਰ ਪ੍ਰਿੰਟ ਕਰ ਲਓ, ਅੱਜ ਕੱਲ੍ਹ ਵੀਜ਼ੇ ਬਣਾਈ ਜਾਂਦੇ। ਮੈਂ ਸੱਚ ਝੂਠ ਕੀ ਬੋਲਣਾ, ਸਾਰਿਆਂ ਨੂੰ ਦੱਸਦਾ ਕਿ ਇਹ ਕਰਦੇ ਸਾਰੇ। ਤੁਸੀਂ ਦਫ਼ਤਰ ਦਾ ਖੋਲ੍ਹੇ 10 ਦਿਨ ਹੋਏ, ਸਪੇਨ ਦੇ ਵੀਜ਼ੇ ਦਾ ਪ੍ਰੋਸੈਸਿੰਗ ਟਾਈਮ 8 ਮਹੀਨੇ ਹੈ, 10 ਵੀਜ਼ੇ ਕਿੱਦਾਂ ਆ ਗਏ? ਸੋ ਕਿਸੇ ਨੂੰ ਐਕਸਪੀਰੀਅੰਸ, ਮੈਂ ਤਾਂ ਸਪੇਨ ਅੰਬੈਸੀ ਨਾਲ ਪਰਸਨਲੀ ਡੀਲ ਕੀਤਾ ਔਰ ਬੜੀ ਮਾੜੀ ਅੰਬੈਸੀ, ਸਟੱਡੀ ਵੀਜ਼ਾ 'ਚ ਬਹੁਤ ਹੀ ਮਾੜੀ ਅੰਬੈਸੀ ਹੈ, ਤੈਨੂੰ ਕੀ ਕਹਾਂਗੇ। ਹੁਣ ਫਿਰ ਅਸੀਂ ਗੱਲ ਕਰਦੇ ਹਾਂ ਕਿ UK 'ਚ ਕੰਮ ਟਫ ਹੈ, ਪਰ ਵੀਜ਼ਾ ਦੇਣ 'ਚ ਜੇ ਜੈਨੂਇਨ ਹੈਗੇ, 28 ਦਿਨ ਪੁਰਾਣੇ ਫੰਡ ਹੈਗੇ ਆ, ਬੱਚਾ ਜੈਨੂਇਨ ਹੈ, ਤਾਂ 28 ਦਿਨਾਂ ਅਤੇ 30 ਦਿਨਾਂ 'ਚ ਵੀਜ਼ਾ ਆ ਜਾਂਦਾ UK ਦਾ, ਠੀਕ ਹੈ। ਕੈਨੇਡਾ ਅੱਜ ਮੈਂ ਕਹਾਂਗਾ ਬੱਚਿਆਂ ਨੂੰ ਕਿ ਜੇ ਕੈਨੇਡਾ ਚਲੇ ਜਾਓ ਨਾ ਤਾਂ ਜ਼ਿੰਦਗੀ ਬਦਲ ਜਾਏਗੀ, ਕਿਉਂਕਿ ਕੈਨੇਡਾ ਅੱਜ ਕੱਲ੍ਹ ਚਾਹੁੰਦਾ ਪਿਆ ਕਿ ਜਿਹੜੇ ਬੱਚੇ ਹੁਣ ਪੜ੍ਹਨ ਆਉਣਗੇ ਉਹਨਾਂ ਲਈ ਆਪਾਂ ਸਟ੍ਰੀਮ ਲਾਈਨ ਪ੍ਰੋਸੈਸ ਕਰੀਏ। ਸਾਰੇ ਮੈਨੂੰ ਕਹਿਣਗੇ ਗਲਤ ਬੋਲਦਾ ਹੈ, ਪਰ ਇਸ ਲਈ ਬੋਲਦਾ ਕਿਉਂਕਿ ਜੋ ਦੇਖ ਰਿਹਾ ਮੈਂ ਅੱਖੋਂ ਦੇਖੀ, ਮੈਂ ਹਰ 2 ਮਹੀਨੇ ਮੈਂ ਕੈਨੇਡਾ ਹੀ ਹੁੰਦਾ, ਬੱਚਿਆਂ ਨਾਲ ਗੱਲ ਕਰੀ ਦੀਆਂ, ਕਾਲਜਿਸ 'ਚ ਗੱਲ ਕਰੀ ਦੀਆਂ। ਜੇ ਕੈਨੇਡਾ ਚਲੇ ਜਾਓਗੇ ਬਹੁਤ ਵਧੀਆ ਰਹੇਗੀ ਇਸ ਟਾਈਮ 'ਤੇ, ਕਿਉਂਕਿ 2-3 ਸਾਲ ਬਾਅਦ ਕੈਨੇਡਾ ਨੇ ਵੀ ਪੰਜਾਬੀ ਬੱਚਿਆਂ 'ਤੇ ਲਾ ਦੇਣਾ ਬੈਨ। ਇਹ ਮੈਂ ਲਿਖ ਕੇ ਦੇ ਸਕਦਾ, ਕਿਤੇ ਜਲਦੀ ਨਾ ਲੱਗ ਜੇ, ਕਿਉਂਕਿ ਜੋ ਸਾਡੇ ਬੱਚੇ ਉੱਥੇ ਜਾ ਕੇ ਕਰਦੇ ਆ ਉਹ ਵੀ। ਹੁਣ ਪਰਸੋਂ ਕਿਸੇ ਨੇ ਮੇਰੇ ਨਾਲ ਪੋਡਕਾਸਟ ਕਰਨ ਆਏ ਸੀ ਸਰ, ਉਹਨਾਂ ਨੇ ਮੇਰੇ ਤੋਂ ਪੁੱਛ ਲਿਆ ਕਿ ਆਸਟ੍ਰੇਲੀਆ ਕਿਉਂ ਪੰਜਾਬੀ ਬੱਚਿਆਂ 'ਤੇ ਬੈਨ ਲਾਇਆ। ਸਰ 13% ਬੱਚਾ ਪੜ੍ਹਦਾ ਆਪਣਾ ਆਸਟ੍ਰੇਲੀਆ ਜਾ ਕੇ, ਇੱਥੋਂ ਆਪਾਂ SOP ਲਿਖਦੇ ਹਾਂ
ਵੱਡੀਆਂ ਵੱਡੀਆਂ SOP ਲਿਖਦੇ ਆ, ਵੱਡੀਆਂ ਵੱਡੀਆਂ SOP ਲਿਖਦੇ ਆ। SOP ਸਰ ਕੀ ਲਿਖਦੇ ਆ? ਆਪਾਂ ਲਿਖਦੇ ਹਾਂ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ, ਮੈਂ ਸੈਨਿਕਾ ਕਾਲਜ 'ਚ ਪੜ੍ਹਨ ਚੱਲਾਂ ਜਾਂ ਮੈਂ ਡੀਕਨ ਯੂਨੀਵਰਸਿਟੀ 'ਚ ਪੜ੍ਹਨ ਚੱਲਾਂ, ਮੈਂ ਕੋਰਸ ਕਰਾਂਗਾ ਬੈਚਲਰ ਇਨ ਮਕੈਨੀਕਲ ਇੰਜੀਨੀਅਰਿੰਗ, ਔਰ ਮੇਰੇ ਘਰ ਦੇ ਮੇਰੀ ਪੜ੍ਹਾਈ ਬਿਲਕੁਲ ਸਪੋਰਟ ਕਰ ਸਕਦੇ ਆ, ਆਹ ਲੱਗੇ ਉਹਨਾਂ ਦੇ ਫਾਈਨੈਂਸ਼ੀਅਲ ਡਾਕੂਮੈਂਟਸ, ਔਰ ਮੈਂ ਆਪਣੀ ਪੜ੍ਹਾਈ ਖਤਮ ਕਰਕੇ ਇੰਡੀਆ ਵਾਪਸ ਆਵਾਂਗਾ ਔਰ ਇੰਡੀਆ ਆ ਕੇ ਕੰਮ ਕਰਾਂਗਾ। ਦੇਖੋ ਮੇਰੇ ਹਿਸਾਬ ਨਾਲ ਇੱਕ ਵੀ ਸੱਚਾਈ ਨਹੀਂ ਲਿਖੀ। ਔਰ ਜਦੋਂ ਆਪਾਂ ਵੀਜ਼ਾ ਭਰਦੇ ਹਾਂ ਨਾ ਸਰ, ਉੱਥੇ ਇੱਕ ਹੋਰ ਡੈਕਲਰੇਸ਼ਨ ਹੁੰਦੀ ਹੈ, ਉੱਥੇ ਲਿਖਿਆ ਹੁੰਦਾ ਕਿ ਜੇ ਤੁਸੀਂ ਆਪਣੀ ਫਾਈਲ 'ਚ ਕੁਛ ਝੂਠ ਲਿਖਦੇ ਹੋ ਜਾਂ ਆਪਣੀ ਫਾਈਲ 'ਚ ਕੁਛ ਵੀ ਗਲਤ ਲਿਖਦੇ ਹੋ ਤਾਂ ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ ਵੀਜ਼ਾ ਦੇਣ ਤੋਂ ਬਾਅਦ ਵੀ, ਔਰ ਜਾਂ ਤੁਹਾਡੇ 'ਤੇ ਬੈਨ ਲਗਾ ਸਕਦੇ ਹਾਂ। ਸੋ ਪਹਿਲੀ ਗੱਲ ਤਾਂ ਜਿਹੜੇ 100 ਬੱਚੇ ਜਾਂਦੇ ਆ SOP ਲਿਖ ਕੇ ਨਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ, SOP ਸਾਰੀ ਝੂਠ ਹੈ, ਅੰਬੈਸੀ ਨੂੰ ਨਹੀਂ ਪਤਾ ਝੂਠ ਬੋਲ ਰਿਹਾ। 100 ਚੋਂ 87 ਬੱਚਾ ਯੂਨੀਵਰਸਿਟੀ ਛੱਡ ਕੇ ਭੱਜ ਜਾਂਦਾ ਆਸਟ੍ਰੇਲੀਆ 'ਚ। ਉਹਨਾਂ ਨੇ ਇੱਕ ਤੱਤ ਕੱਢਿਆ ਕਿ ਕਿਉਂ ਆਪਾਂ ਵੀਜ਼ਾ ਕਿਉਂ ਦਈਏ, ਆਪਾਂ 13 ਹੀ ਵੀਜ਼ਾ ਦਾਂਗੇ ਨਾ 100 ਚੋਂ, ਉਹਨਾਂ ਨੇ 10-12 ਵੀਜ਼ਾ ਦੇਣੇ 100 ਚੋਂ ਆਸਟ੍ਰੇਲੀਆ ਨੇ, ਜਿਹੜੇ ਚੰਗੇ ਬੱਚੇ ਉਹਨਾਂ ਨੂੰ ਲੱਗਦੇ ਕ੍ਰਿਸਪ ਪ੍ਰੋਫਾਈਲ ਐਨ ਘੈਂਟ ਪ੍ਰੋਫਾਈਲ ਵਾਲਿਆਂ ਨੂੰ ਵੀਜ਼ਾ ਦੇਣੇ ਆ, ਫਾਲਤੂ ਵੀਜ਼ਾ ਨਹੀਂ ਦੇਣਾ ਉਹਨਾਂ ਨੇ। ਉਹ ਕਹਿੰਦੇ ਉਹ ਬੱਚਿਆਂ ਨੂੰ ਦਾਂਗੇ ਜਿਹੜੇ ਬੱਚੇ ਪੜ੍ਹਨਗੇ, ਜਿਹੜੇ ਬੱਚਿਆਂ ਨੇ ਪੜ੍ਹਨਾ ਹੀ ਨਹੀਂ ਹੈ ਝੂਠ ਬੋਲਦੇ ਆ, ਇਹ ਝੂਠ ਲਿਖਿਆ ਤੁਸੀਂ ਫਾਈਲ 'ਚ। ਸੋ ਤੁਸੀਂ ਦੇਖੋ ਕਿ ਜਦੋਂ ਅਸੀਂ ਵੀਜ਼ਾ ਲੈ ਰਹੇ ਹਾਂ ਅਸੀਂ ਤਾਂ 1000 ਚੀਜ਼ਾਂ ਲਿਖ ਕੇ ਦੇਤੀਆਂ ਕਿ ਮੈਨੂੰ ਉੱਥੋਂ ਦੇ ਪਬਲਿਕ ਫੰਡ ਦੀ ਲੋੜ ਨਹੀਂ, ਮੇਰੇ ਘਰ ਦੇ ਮੇਰੀ ਪੜ੍ਹਾਈ ਮੇਰਾ ਰਹਿਣਾ ਸਹਿਣਾ ਅਫੋਰਡ ਕਰ ਸਕਦੇ ਕਿਉਂਕਿ ਮੈਂ ਬਹੁਤ ਵੈਲ ਆਫ ਫੈਮਿਲੀ ਤੋਂ ਬਿਲੋਂਗ ਕਰਦਾ, ਔਰ ਮੈਂ ਬੈਚਲਰ ਮਕੈਨੀਕਲ ਇੰਜੀਨੀਅਰਿੰਗ ਕਰਨ ਜਾ ਰਿਹਾ ਜਿਹੜੀ ਕਿ ਮੈਂ ਕਰਨੀ ਨਹੀਂ, ਔਰ ਮੇਰੇ ਘਰ ਦੇ ਮੈਨੂੰ ਪੈਸੇ ਭੇਜਣਗੇ ਨਹੀਂ, ਬਲਕਿ ਉਲਟਾ ਹਿਸਾਬ ਕਿਤਾਬ ਹੈ, ਘਰਦੇ ਦਾ 2 ਮਹੀਨੇ ਬਾਅਦ ਵਿਚਾਰੇ ਬੱਚਿਆਂ ਤੋਂ ਪੈਸੇ ਮੰਗਾਉਣ ਲੱਗ ਜਾਂਦੇ ਆ ਕਈ ਘਰ ਦੇ, ਉਹ ਕਹਿੰਦੇ ਮੈਂ ਤੈਨੂੰ ਪੈਸੇ ਦੇ ਕੇ ਭੇਜ ਤੂੰ ਵਾਪਸ ਭੇਜ। ਸਭ ਤੋਂ ਗਲਤ ਗੱਲ ਹੈ। ਦੇਖੋ ਬੱਚਿਆਂ ਨੂੰ ਐਟਲੀਸਟ ਦੇ ਨੀਡ 6 ਮੰਥਸ ਟੂ ਗੈਟ ਸੈਟਲ ਡਾਊਨ। ਮੇਰੀ ਘਰਦਿਆਂ ਨੂੰ ਬੇਨਤੀ ਹੈ ਬੱਚਿਆਂ 'ਤੇ, ਜੇ ਤੁਸੀਂ ਚਾਹੁੰਦੇ ਹੋ ਨਾ ਪ੍ਰੈਸ਼ਰ ਨਾ ਪਵੇ, ਤੁਸੀਂ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਆਪਾਂ ਨਾ ਭੇਜੋ ਬਾਹਰ, ਇੱਥੇ ਬਹੁਤ ਵਧੀਆ ਹੈ, ਪਹਿਲਾ ਕੰਸਲਟੈਂਟ ਹੋਊਗਾ ਜਿਹਨੂੰ ਕਹੂੰਗਾ ਕਿਹੜਾ ਹੋਊਗਾ, ਨਾ ਭੇਜੋ ਬਾਹਰ ਜੇ ਪੈਸੇ ਨਹੀਂ ਹੈਗੇ। ਜੇ ਤੁਸੀਂ ਅਫੋਰਡ ਕਰ ਸਕਦੇ ਹੋ, ਐਜੂਕੇਸ਼ਨ ਲੋਨ ਲੈ ਸਕਦੇ ਹੋ, ਕਿਸੇ ਤਰੀਕੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਹੋ, ਕਿਉਂ? ਕਿਉਂਕਿ ਆਪਾਂ ਆਪਣੀ ਫਾਈਨੈਂਸ਼ੀਅਲ ਸਥਿਤੀ ਇੰਪਰੂਵ ਕਰਨਾ ਚਾਹੁੰਦੇ ਹਾਂ, ਇਸ ਲਈ ਭੇਜ ਰਹੇ ਹਾਂ ਨਾ ਕਿ ਸਾਡੇ ਸਾਡੀ ਜ਼ਿੰਦਗੀ ਟਾਈਟ ਰਹੀ ਹੈ, ਸਾਡਾ ਜੇ ਬੱਚਾ ਬਾਹਰ ਚਲੇ ਜਾਏਗਾ ਤਾਂ ਸੌਖਾ ਹੋ ਜੇ। ਅੱਜ ਜੋ ਮਰਜ਼ੀ ਨੈਗੇਟਿਵ ਕਹਿ ਲੈਣ, ਅੱਜ 70,000 ਬੰਦਾ ਕਿਸ ਚੀਜ਼ ਦਾ ਪ੍ਰੋਟੈਸਟ ਕਰ ਰਿਹਾ ਸਰ ਕੈਨੇਡਾ 'ਚ, ਦੱਸੋ ਮੈਨੂੰ ਕਿਸ ਚੀਜ਼ ਦਾ ਪ੍ਰੋਟੈਸਟ ਕਰ ਰਿਹਾ ਕਿ ਮੈਨੂੰ ਕੈਨੇਡਾ ਤੋਂ ਨਾ ਵਾਪਸ ਭੇਜੋ, ਇਹੀ ਪ੍ਰੋਟੈਸਟ ਕਰ ਰਿਹਾ ਨਾ। ਇੱਕ ਪਾਸੇ ਤਾਂ ਆਪਾਂ ਕਹਿ ਰਹੇ ਕੈਨੇਡਾ ਜ਼ਿੰਦਗੀ ਬੜੀ ਔਖੀ ਹੈ, ਫਿਰ ਪ੍ਰੋਟੈਸਟ ਕਰਦਾ ਜੇ ਇੰਨੀ ਔਖੀ ਹੈ ਤਾਂ ਆ ਜਾਓ ਇੰਡੀਆ, ਪ੍ਰੋਟੈਸਟ ਕਰ ਰਿਹਾ 70,000 ਬੱਚਾ ਕਿ ਮੈਨੂੰ ਕੈਨੇਡਾ ਤੋਂ ਨਾ ਵਾਪਸ ਭੇਜੋ ਕਿਉਂਕਿ ਮੈਂ 4-5 ਲੱਖ ਰੁਪਈਆ ਕੈਨੇਡਾ ਕਮਾਉਣਾ, ਥੱਲੇ ਵੀ ਲਿਖੋ ਨਾ ਮੈਂ ਕੈਨੇਡਾ 'ਚ ਮੇਰੀ ਜ਼ਿੰਦਗੀ ਸੈੱਟ ਹੈ, ਮੈਂ ਆਪਣੇ ਦੇਸ਼ ਨਹੀਂ ਮੁੜਨਾ ਚਾਹੁੰਦਾ, ਇਹੀ ਗੱਲ ਹੈ ਨਾ ਸਰ। ਕਿਉਂ ਫਿਰ ਦੱਸੋ ਪ੍ਰੋਟੈਸਟ ਦਾ ਕੋਈ ਮਤਲਬ ਹੀ ਨਹੀਂ ਹੈਗਾ। ਇੱਕ ਪਾਸੇ ਦੂਜੇ ਪਾਸੇ ਤੁਸੀਂ ਨੈਗੇਟਿਵ ਵੀਡੀਓ ਪਾ ਰਹੇ ਹੋ ਕੈਨੇਡਾ ਤੋਂ ਮਾੜਾ ਦੇਸ਼ ਕੋਈ ਨਹੀਂ, ਕੈਨੇਡਾ ਨਾ ਆਇਓ, ਕੈਨੇਡਾ 'ਚ ਜ਼ਿੰਦਗੀ ਬੜੀ ਔਖੀ ਹੈ, ਇਹ ਦੱਸੋ ਮੇਰੀ ਗੱਲ ਕਿ ਕਿਉਂ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਕੈਨੇਡਾ 'ਚ ਪ੍ਰੋਟੈਸਟ ਦਾ ਕੀ ਮਤਲਬ ਹੈ, ਦੱਸੋ ਮੈਨੂੰ। ਜੇ ਤੁਸੀਂ ਇੰਨੇ ਔਖੇ ਹੋ ਪ੍ਰੋਟੈਸਟ ਕਿਉਂ ਕਰੋ, ਆ ਜਾਓ ਵਾਪਸ ਯਾਰ। ਸੋ ਇਹ ਕੰਟਰਡਿਕਟਰੀ ਹੋ ਗਈ ਸਰ, ਇਹ ਦੋਗਲਾਪਨ ਹੋ ਗਿਆ। ਔਰ ਅੱਜ ਦੀ ਰੇਟ 'ਚ ਪਤਾ ਕੀ ਹੁੰਦਾ, ਜਿਹੜੇ ਬੱਚੇ ਉੱਥੇ ਪੈਸੇ ਕਮਾ ਰਹੇ ਆ ਉਹ ਵੈਸੇ ਹੀ ਨਹੀਂ ਚਾਹੁੰਦੇ ਕਿ ਹੋਰ ਬੱਚੇ ਉੱਥੇ ਆਉਣ, ਕਿਤੇ ਉਹ ਜੇ ਜ਼ਿਆਦਾ ਲਾਇਕ ਹੋਏ ਤਾਂ ਉਹਨਾਂ ਦੀ ਨੌਕਰੀ ਨਾ ਚਲੀ ਜਾਏ। ਸੋ ਜਿਹੜੇ ਲਾਇਕ ਬੱਚੇ ਆ ਜੀ, ਉਹਦੀ ਤਾਂ ਜ਼ਿੰਦਗੀ ਇੰਡੀਆ 'ਚ ਵੀ ਸੈੱਟ ਹੈ, ਉਹਦੀ ਕੈਨੇਡਾ 'ਚ ਵੀ ਸੈੱਟ ਹੈ, ਉਹਦੀ UK 'ਚ ਵੀ ਸੈੱਟ ਹੈ। ਜਿਹੜੇ ਬੱਚਿਆਂ ਨੇ ਕੁਛ ਕਰਨਾ ਨਹੀਂ ਹੈਗਾ, ਜਿਹੜੇ ਬੱਚੇ ਹਿੰਮਤ ਹੀ ਨਹੀਂ ਹੈ,
ਪੋਜ਼ਿਟਿਵ ਫਰੇਮ ਆਫ ਮਾਈਂਡ ਨਹੀਂ ਆ, ਹਿੰਮਤ ਨਹੀਂ ਆ, ਉਹ ਕਿਤੇ ਨਹੀਂ ਸੈੱਟ ਹੋ ਸਕਦੇ। ਔਰ ਘਰਦਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਇੱਕ ਲਾਇਕ ਆਦਮੀ ਬਣਨ ਦੀ ਕੋਸ਼ਿਸ਼ ਕਰੀਏ, ਉਹਨਾਂ ਨੂੰ ਕਹੀਏ ਪੜ੍ਹੋਗੇ ਤਾਂ ਜ਼ਿੰਦਗੀ ਬਣੂਗੀ, ਜੇ ਨਹੀਂ ਪੜ੍ਹੋਗੇ ਤਾਂ ਕਿਤੇ ਜ਼ਿੰਦਗੀ ਨਹੀਂ ਬਣੂਗੀ। ਇਹ ਮੈਂ ਤੁਹਾਨੂੰ ਸਾਰਿਆਂ ਨੂੰ ਲਿਖ ਕੇ ਦੇ ਸਕਦਾ, ਪੜ੍ਹਾਈ ਦੇ ਨਾਲ ਹੀ ਚੱਲੇਗਾ ਸਾਰਾ ਕੁਛ। ਨਹੀਂ ਤਾਂ ਪੜ੍ਹਾਈ, ਜੇ ਆਪਾਂ ਨਹੀਂ ਕਰਾਂਗੇ ਨਾ ਪੜ੍ਹਾਈ, ਤਾਂ ਕੋਈ ਫਾਇਦਾ ਨਹੀਂ ਹੈਗਾ ਬਾਹਰ ਭੇਜਣ ਦਾ, ਕੋਈ ਫਾਇਦਾ ਨਹੀਂ ਬਾਹਰ ਭੇਜਣ ਦਾ। ਕਿਉਂਕਿ ਮੋਸਟਲੀ ਜਿਹੜੇ ਬੱਚੇ ਪਿਛਲੇ 2 ਸਾਲਾਂ 'ਚ ਗਏ, 22-23 'ਚ ਬੱਚੇ ਜਿਹੜੇ ਕੈਨੇਡਾ ਗਏ, ਜੇ ਕੈਨੇਡਾ ਅੱਜ ਮੁੱਦਾ ਔਰ ਜਾਂ ਹੁਣ ਵੀ ਜਿਹੜੇ ਬੱਚੇ ਜਰਮਨੀ ਇਹ ਸੋਚ ਕੇ ਜਾ ਰਹੇ ਆ, ਪੈਕੇਜ ਵਿੱਚ ਵੀ ਜਾ ਰਹੇ ਆ, UK ਵੀ ਪੈਕੇਜ 'ਚ ਜਾ ਰਹੇ ਆ, ਕਿ ਇਹ ਸੋਚ ਕੇ ਜਾ ਰਹੇ ਆ ਕਿ ਉੱਥੇ ਬਹੁਤ ਸਾਰੇ ਪੈਸੇ ਮਿਲਣਗੇ, ਅਸੀਂ ਕੰਮ ਕਰ ਲਾਂਗੇ, ਸਾਨੂੰ ਪੜ੍ਹਨ ਦੀ ਲੋੜ ਨਹੀਂ ਹੈ, ਕਿਉਂਕਿ ਉਹ ਸਹੀ ਕੰਸਲਟੈਂਟ ਕੋਲ ਨਹੀਂ ਜਾ ਰਹੇ। ਅਤੇ ਮੈਂ ਤੁਹਾਨੂੰ ਕਹਿ ਦਾਂਗਾ ਤੁਸੀਂ ਆਪਣੇ ਪੈਸੇ ਖਰਾਬ ਕਰ ਰਹੇ ਹੋ, ਤੁਹਾਨੂੰ ਪੜ੍ਹਨਾ ਪੈਣਾ ਤਾਂ ਵਰਕ ਪਰਮਿਟ ਮਿਲੂਗਾ, ਤੁਹਾਨੂੰ ਪੜ੍ਹਨਾ ਪੈਣਾ ਤਾਂ ਹੀ ਅੱਗੇ ਜਾ ਕੇ ਸੈੱਟ ਹੋਗੇ, ਨਹੀਂ ਤਾਂ ਸੈੱਟ ਨਹੀਂ ਹੋ ਸਕਦੇ। ਸੋ ਜੇ ਤੁਸੀਂ ਮੇਰੇ ਕੋਲ ਆ ਰਹੇ ਹੋ, ਜੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ, ਆਪਣੇ ਡਾਊਟ ਕਲੀਅਰ ਕਰਨਾ ਚਾਹੁੰਦੇ ਹੋ, ਤਾਂ ਆਪਾਂ ਸਾਰੇ ਡਾਊਟ ਕਲੀਅਰ ਕਰਾਂਗੇ, ਤੁਹਾਡੇ ਸਾਰੇ ਡਾਊਟ ਕਲੀਅਰ ਕਰ ਸਕਦਾ। ਮੈਂ ਬਠਿੰਡਾ ਹੋਵਾਂਗਾ ਪਰਸੋਂ ਵੀਰਵਾਰ ਨੂੰ, ਔਰ ਸ਼ਨਿਚਰਵਾਰ ਨੂੰ ਮੈਂ ਕੀ ਕਹਿੰਦੇ ਤੁਸੀਂ ਲੁਧਿਆਣੇ ਮੈਨੂੰ ਮਿਲ ਸਕਦੇ ਹੋ, ਔਰ ਲੁਧਿਆਣੇ 'ਚ ਮੇਰੇ 2 ਆਫਿਸ ਹੈ, ਫਸਟ ਹਾਫ ਮੈਂ ਮਾਡਲ ਟਾਊਨ ਐਕਸਟੈਂਸ਼ਨ 'ਚ, ਸੈਕਿੰਡ ਹਾਫ ਫਿਰੋਜ਼ ਗਾਂਧੀ ਮਾਰਕੀਟ 'ਚ ਹੋਵਾਂਗਾ, ਤਾਂ ਤੁਸੀਂ ਮੈਨੂੰ ਉੱਥੇ ਆ ਕੇ ਮਿਲ ਸਕਦੇ। ਗੁੱਡ ਈਵਨਿੰਗ ਜੀ। ਕਮਰਸ 'ਚ 12ਵੀਂ ਕਲਾਸ 'ਚ 90% ਨੰਬਰ ਹੈ, CBSE ਹੈ, ਸਕਿੱਲ ਕੋਰਸ ਕੌਣ ਸਾ ਬੈਸਟ ਰਹੇਗਾ? ਸਰ ਮੁੰਡਾ ਕੁੜੀ ਆ ਪਹਿਲਾਂ ਦੱਸੋ। ਆਹ ਦੇਖੋ, ਆਹ ਵਧੀਆ ਕਮੈਂਟ ਆਇਆ ਰਾਜ ਰਾਣੀ ਦਾ, ਦੇਖੋ ਧੰਨਵਾਦ ਤੁਹਾਡੇ ਜੀ। ਇਹ ਕਮੈਂਟ ਨੂੰ ਸਰ ਹਾਈਲਾਈਟ ਕਰਨਾ ਚਾਹੀਦਾ ਹੈ, ਕਿਉਂਕਿ ਦੇਖੋ 85% ਬੱਚੇ ਖੁਸ਼ ਹੈ। ਔਰ ਬੇਨਤੀ ਹੈ ਮੇਰੀ ਸਾਰੇ ਪੇਰੈਂਟਸ ਨੂੰ ਜਿਹੜੇ ਮੇਰਾ ਲਾਈਵ ਦੇਖਦੇ ਆ, ਜਿਹਨਾਂ ਦੇ ਬੱਚੇ ਖੁਸ਼ ਹੈ, ਪੈਸੇ ਕਮਾ ਰਹੇ ਹੈ, ਉਹਨਾਂ ਨੂੰ ਕੋਈ ਵਧੀਆ ਵੀਡੀਓ ਬਣਾ ਕੇ ਭੇਜੋ, ਕਿਉਂਕਿ ਇਹਦੇ ਨਾਲ ਪਤਾ ਕਿ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਹਾਂ। ਅੱਜ ਜੇ ਕੈਨੇਡਾ ਵੀਜ਼ਾ ਦੇ ਰਿਹਾ, ਕੱਲ੍ਹ ਨੂੰ 2 ਸਾਲ ਬਾਅਦ ਨਹੀਂ ਦਊਗਾ, ਤਾਂ ਜਿਹੜੇ ਬੱਚੇ ਲਾਇਕ ਹੈਗੇ ਆ ਉਹ ਕੈਨੇਡਾ ਨੂੰ ਚੂਜ਼ ਕਰਨ, ਕਿਉਂਕਿ ਕੈਨੇਡਾ 'ਚ ਕੋਈ ਐਡਾ ਬਦਲਾਵ ਨਹੀਂ ਆਇਆ, ਔਰ ਕੈਨੇਡਾ ਜਿਹੜੇ ਵੀ ਹੁਣ ਬਦਲਾਵ ਲਿਆ ਰਿਹਾ, ਉਹ ਜਿਹੜੇ ਬੱਚੇ ਹੁਣ ਜਾਣਗੇ ਉਹਨਾਂ ਬੱਚਿਆਂ ਲਈ ਕੀ ਕਹਿੰਦੇ ਆ ਬਦਲਾਵ ਲਿਆ ਰਿਹਾ, ਕਿ ਉਹ ਬੱਚੇ ਉੱਥੇ ਆ ਕੇ ਸੈੱਟ ਹੋ ਸਕਣ। ਔਰ ਜਦੋਂ PR ਦੀ ਤਿਆਰੀ ਕਰਨੀ ਹੈ ਨਾ, PR ਦੀ ਤਿਆਰੀ ਉਦੋਂ ਕਰ ਲੈਣੀ ਚਾਹੀਦੀ ਹੈ ਜਦੋਂ ਆਪਾਂ ਵਰਕ ਪਰਮਿਟ 'ਤੇ ਆ ਗਏ। ਸੋ 3 ਸਾਲ ਹੈਗੇ ਤੁਹਾਡੇ ਕੋਲ ਵਰਕ ਪਰਮਿਟ 'ਤੇ ਤਿਆਰੀ ਕਰਨਗੇ PR ਲੈਣ ਲਈ। ਔਰ ਮੈਂ ਸਾਰੇ ਹੋਰ ਵੀ ਸਟੂਡੈਂਟਸ ਨੂੰ ਕੱਲ੍ਹ ਮੈਂ ਉੱਤੇ ਵੀਡੀਓ ਵੀ ਬਣਾਇਆ ਜੀ, ਕੀ ਕਹਿੰਦੇ ਆ ਕਿ ਜੇ ਤੁਸੀਂ ਡਿਪੋਰਟ ਔਰ ਲੀਗਲ ਰਿਟਰਨ 'ਚ ਬੜਾ ਫਰਕ ਹੈਗਾ। ਅਸੀਂ ਸੁਰਿੰਦਰ ਜੀ ਨਾਲ ਵੀ ਇਸ ਚੀਜ਼ 'ਤੇ ਵੀਡੀਓ ਬਣਾਇਆ ਕਿ ਜੇ ਡਿਪੋਰਟ ਹੋ ਜਾਂਦੇ ਹੋ ਤਾਂ ਉਸ ਕੰਟਰੀ 'ਚ ਤੁਸੀਂ ਦੁਬਾਰਾ ਨਹੀਂ ਜਾ ਸਕਦੇ। ਜੇ ਆਪਾਂ ਡਿਪੋਰਟ ਹੋ ਜਾਂਦੇ ਹਾਂ ਤਾਂ ਉਸ ਕੰਟਰੀ 'ਚ ਆਪਾਂ ਦੁਬਾਰਾ ਨਹੀਂ ਜਾ ਸਕਦੇ। ਸੋ ਕੀ ਕਹਿੰਦੇ ਆ, ਡਿਪੋਰਟ ਨਾ ਹੋਵੋ। ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਸਟੇਟਸ ਖਤਮ ਹੋਣ ਵਾਲਾ ਹੈ, ਤੁਸੀਂ ਲੀਗਲੀ ਇੰਡੀਆ ਵਾਪਸ ਆ ਜਾਓ, ਉਹ ਤੁਹਾਡਾ ਰੀਇਨਸਟੇਟ ਕਰ ਦੇਣਗੇ, ਫਿਰ ਤੁਸੀਂ ਦੁਬਾਰਾ ਜਾ ਸਕਦੇ ਹੋ, ਔਰ ਤੁਸੀਂ PR ਲਾ ਸਕਦੇ ਹੋ, ਤੁਸੀਂ ਵਿਜ਼ਿਟਰ ਲਾ ਸਕਦੇ ਹੋ, ਤੁਸੀਂ ਪੜ੍ਹਾਈ ਕਰਨ ਜਾ ਸਕਦੇ ਹੋ। ਕਿਉਂਕਿ ਜਿਹੜਾ ਬੱਚਾ 5-7 ਸਾਲ ਬਾਹਰ ਰਹਿ ਲਿਆ, ਉਹਦਾ ਇੰਡੀਆ 'ਚ ਮਨ ਨਹੀਂ ਲੱਗਣਾ, ਮੈਂ ਲਿਖ ਕੇ ਦੇ ਸਕਦਾ। ਉਹ ਕਿਉਂ ਨਹੀਂ ਲੱਗਣਾ? ਉਹਦੇ ਪਿੱਛੇ ਰੀਜ਼ਨ ਹੈ ਜੀ, ਉਹਦੇ ਪਿੱਛੇ ਇੱਕੋ ਹੀ ਰੀਜ਼ਨ ਹੈ, ਮਿਨੀਮਮ ਵੇਜ ਰੇਟ। 1 ਘੰਟੇ ਦੇ ਮਿਲਦੇ $25 ਘੱਟੋ ਘੱਟ, ਯਾਨੀ ਕਿ 1500 ਰੁਪਈਆ। ਕਿੱਥੇ 1500 ਰੁਪਈਆ ਦਿਹਾੜੀ ਦਾ, 15000 ਰੁਪਈਆ, ਤੇ ਕਿੱਥੇ 15000 ਮਹੀਨੇ ਦਾ। ਇੱਥੇ BTECH ਬੱਚੇ ਸਿਰਫ 15000 ਤੇ ਕੰਮ ਕਰਦੇ ਫਿਰਦੇ ਆ। ਇੱਥੇ 25-25 ਲੱਖ BTECH ਕਰਨ ਤੇ ਲਾ ਕੇ ਵੀ ਆਪਾਂ 15000 ਦੀਆਂ ਨੌਕਰੀਆਂ ਕਰਨੀਆਂ, ਫਿਰ ਤਾਂ 25 ਲੱਖ ਜਾ ਕੇ ਕੈਨੇਡਾ ਰਹਿ ਕੇ ਤਾਂ ਆਈਏ, ਐਕਸਪੀਰੀਅੰਸ ਤਾਂ ਲੈ ਕੇ ਆਈਏ। ਬਿਲਕੁਲ ਠੀਕ ਹੈ ਜੀ, ਚਲੋ ਥੈਂਕ ਯੂ ਸੋ ਮਚ। ਮੈਂ ਥੋੜਾ ਭਾਵੁਕ ਹੋ ਜਾਂਦਾ ਜਦੋਂ ਲਾਈਵ ਕਰਨ ਲੱਗਦਾ, ਸੋ ਬੱਚੇ ਨਹੀਂ ਸਮਝਦੇ। ਬੜੀ ਸਾਫ ਸੁਥਰੀ ਇਨਫੋਰਮੇਸ਼ਨ ਸਟੂਡੈਂਟਸ ਨੂੰ ਦਿੱਤੀ ਹੈ, ਮੈਨੂੰ ਲੱਗਦਾ ਸਟੂਡੈਂਟਸ ਨੂੰ ਇਹਦਾ ਫਾਇਦਾ ਹੋਊਗਾ। ਸੋ
ਇਹ ਵੀਡੀਓ ਹੈ ਜਿਹੜੀ, ਇਹ ਕੱਲ੍ਹ ਸਵੇਰੇ ਵੀ ਤੁਸੀਂ ਸਾਰੇ ਵਿਦਿਆਰਥੀ ਦੇਖ ਸਕਦੇ ਹੋ। ਇਹਨੂੰ ਅਸੀਂ ਐਡਿਟ ਕਰਕੇ, ਕਿਉਂਕਿ ਵੱਡੇ ਪੱਧਰ 'ਤੇ ਇਹਦੀ ਅਵੇਅਰਨੈਸ ਜਾਣੀ ਚਾਹੀਦੀ ਹੈ। ਬਹੁਤ ਚੰਗੀਆਂ ਗੱਲਾਂ ਜਸਮੀਤ ਜੀ ਨੇ ਸਾਡੇ ਨਾਲ ਸ਼ੇਅਰ ਕੀਤੀਆਂ ਨੇ। ਥੈਂਕ ਯੂ ਸੋ ਮਚ। ਕੱਲ੍ਹ ਫਿਰ 3:30 ਵਜੇ ਜਸਮੀਤ ਜੀ ਆਪਾਂ ਇੱਕ ਵਾਰ ਲਾਈਵ ਹੁੰਦੇ ਹਾਂ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਸਰ। ਥੈਂਕ ਯੂ।